ਧਨ ਸੁਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰਦਰਸਾਰ ਸੁਕਹਾਉ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋਹੜੀ ਐ, ਜਿਸ ਅੱਗੇ ਸਭ ਨਿਵਾਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਨਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣ ਐ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸਹੀ ਕਹੀਐ ਧਨ। ਆਪਣ ਲੀਆ ਜੇ ਮਿਲੈ, ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਨਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਨਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਕਣਕੀ ਧਰ ਦਸਮੇਸ਼ ਪਿਤਾ ਵੱਲੋਂ ਬਖਸ਼ੀ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਿਆ ਦੇ ਦੀਵਾਨ ਸਜ ਰਹੇ ਆ। ਗੁਰੂ ਘਰ ਦੇ ਸਨਮਾਨਯੋਗ ਕੀਰਤਨੀਏ ਭਾਈ ਜਤਿੰਦਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਤਥਾ ਸਮੂਹ ਜਥਾ, ਬੜਾ ਹੀ ਰਸਪਿੰਨਾ ਕੀਰਤਨ ਹਰ ਰੋਜ਼ ਦੀ ਤਰ੍ਹਾਂ ਗੁਰੂ ਕੀਆਂ ਸੰਗਤਾਂ ਨੂੰ ਸਰਵਣ ਕਰਵਾ ਕੇ ਸਾਡੀ ਸੁਰਤ ਨੂੰ ਗੁਰੂ ਚਰਨਾਂ ਦੇ ਨੇੜੇ ਕਰਨ ਦਾ ਯਤਨ ਕਰ ਰਹੇ ਸੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਿਹਰਾਂ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਲੈਂਦੇ ਰਹਿਣ। ਆਓ, ਸਮਾਂ ਹੈ ਕਥਾ ਵਿਚਾਰ ਦਾ। ਅੱਜ
ਜੇਠ ਦੇ ਮਹੀਨੇ ਦੀ ਸ਼ੁਰੂਆਤ ਹੈ। ਇਸ ਨਾਲ ਸੰਬੰਧਿਤ ਪਾਵਨ ਬਾਣੀ ਦਾ ਵਚਨ ਜੋ ਮਾਝ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੋਇਆ, ਉਹ ਆਪ ਜੀ ਨੇ ਸਰਵਣ ਕੀਤਾ ਹੈ। ਇਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਕਿਰਪਾ ਕਰਨ, ਅਸਾਂ ਨੂੰ ਬੋਲਣ ਦਾ, ਤੁਸਾਂ ਨੂੰ ਸੁਣਨ ਦਾ। ਆਪ ਕਥੈ ਆਪ ਸੁਣਨੈ ਹਾਰ। ਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਹਰ ਪਹਿਲੂ 'ਤੇ ਸਮਾਂ ਸਫਲਾ ਕਰਨ ਦਾ ਉਪਦੇਸ਼ ਦਿੱਤਾ। ਇਹ ਮਨੁੱਖਾ ਜਨਮ ਇੱਕ ਫਲ ਦੀ ਨਿਆਈ ਹੈ, ਜਿਹੜਾ ਦਰੱਖਤ ਨੂੰ ਲੱਗਿਆ ਹੋਇਆ ਹੈ, ਟੁੱਟ ਗਿਆ ਅਤੇ ਮੁੜ ਕੇ ਨਹੀਂ ਲੱਗਣਾ। ਮਨੁੱਖਾ ਜਨਮ ਇਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਆਹ ਜਿਹੜਾ ਸਰੀਰ ਹੈ, ਇਹ ਇੱਕ ਘੋੜੀ ਦੀ ਨਿਆਈ ਹੈ। ਜਿਵੇਂ ਘੋੜੀ 'ਤੇ ਸਵਾਰ ਹੋ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਈਦਾ ਹੈ, ਅਸੀਂ ਸੰਸਾਰ ਤੋਂ ਨਿਰੰਕਾਰ ਦੀ ਯਾਤਰਾ ਕਰਨੀ ਹੈ। ਪਾਤਸ਼ਾਹ ਨੇ ਵੀ ਸਮਝਾਇਆ, ਇਹ ਸਰੀਰ ਤੈਨੂੰ ਮਿਲਿਆ ਅਤੇ ਇੱਕ ਦਿਨ ਇਹ ਸਰੀਰ ਤੇਰੇ ਕੋਲ ਰਹਿਣਾ ਨਹੀਂ, ਇਹਨੇ ਛੁੱਟਣਾ। ਪਹਿਲੇ ਜਿੰਨੇ ਆਏ ਨੇ ਸਰੀਰ ਛੱਡ ਕੇ ਚਲੇ ਗਏ ਆ, ਅੱਜ ਤੈਨੂੰ ਮਿਲਿਆ ਹੋਇਆ ਅਤੇ ਸਦਾ ਮਿਲਿਆ ਨਹੀਂ ਰਹਿਣਾ। ਇਸ ਲਈ ਇਹਦੀ ਯੋਗ ਵਰਤੋਂ ਕਰ, ਇਹਨੂੰ ਚੰਗੇ ਪਾਸੇ ਲਾ। ਸੋ ਚੰਗੇ ਪਾਸੇ ਕਿਵੇਂ ਲੱਗੇਗਾ? ਜਦੋਂ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਦਰ ਘਰ ਦੇ ਨਾਲ ਜੁੜਾਂਗੇ, ਉਹਦੇ ਚਰਨਾਂ ਨਾਲ ਪ੍ਰੀਤੀ ਪਾਵਾਂਗੇ, ਉਹਦੀ ਬੰਦਗੀ ਕਰਾਂਗੇ, ਉਹਦਾ ਸਿਮਰਨ ਕਰਾਂਗੇ, ਉਹਦਾ ਚੇਤਾ ਕਰਾਂਗੇ, ਤਾਂ ਫਿਰ ਸੁਭਾਵਕ ਹੈ ਆਪਣੇ ਆਪ ਇਹਨੇ ਚੰਗੇ ਪਾਸੇ ਤੁਰ ਪੈਣਾ। ਅੱਜ ਜੋ ਗੁਰੂ ਮਹਾਰਾਜ ਜੀ ਨੇ ਸਮਝਾਇਆ, 12 ਮਹੀਨਿਆਂ ਵਿੱਚੋਂ ਇੱਕ ਮਹੀਨਾ ਜੇਠ ਦਾ, ਅਤੇ ਜੇਠ ਦਾ ਅਰਥ ਹੁੰਦਾ ਵੱਡਾ। ਜਿਹੜੀ ਪਲੇਠੀ ਔਲਾਦ ਹੋਵੇ ਨਾ ਘਰ 'ਚ, ਆਪਾਂ ਕੀ ਕਹਿੰਦੇ ਹਾਂ ਜੀ, ਇਹ ਸਾਡਾ ਜੇਠਾ ਪੁੱਤ ਹੈ, ਪਹਿਲੀ ਔਲਾਦ, ਜੇਠੀ ਔਲਾਦ ਹੈ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦਾ ਅਸਲੀ ਨਾਮ ਰਾਮਦਾਸ ਹੀ ਹੈ, ਅਸਲੀ ਨਾਮ ਹੈ ਮਹਾਰਾਜ ਦਾ ਰਾਮਦਾਸ। ਪਰ ਘਰ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਕਾਸ਼ ਹੈ ਪਹਿਲੀ ਥਾਂ 'ਤੇ ਹੋਇਆ ਸੀ। ਜੇ ਤੁਹਾਨੂੰ ਸਮਾਂ ਮਿਲੇ, ਕੇਸਰ ਸਿੰਘ ਛਿੱਬਰ ਦਾ ਵਸਾਵਲੀ ਨਾਮਾ ਲਿਖਿਆ ਹੋਇਆ, ਇਹ ਪ੍ਰਾਥਮ ਇੱਕ ਗ੍ਰੰਥ ਹੈ, ਛੋਟਾ ਜਿਹਾ ਆਕਾਰ ਹੈ ਇਹਦਾ। ਗੁਰੂ ਸਾਹਿਬਾਨਾਂ ਦੀ ਵਸਾਵਲੀ ਲਿਖੀ ਹੈ ਅਤੇ ਸੰਮਤ ਵੀ ਲਿਖੇ ਨੇ, ਦੋ ਵਿਦਵਾਨਾਂ ਨੇ ਇਹਨੂੰ ਸੰਪਾਦਿਤ ਕੀਤਾ, ਡਾਕਟਰ ਰਤਨ ਸਿੰਘ ਜੱਗੀ ਨੇ ਅਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ। ਇਹਦੇ ਵਿੱਚ ਉਹ ਲਿਖਦੇ ਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਇੱਕ ਭਰਾ ਵੀ ਸੀ ਅਤੇ ਇੱਕ ਭੈਣ ਵੀ ਸੀ, ਉਹਨੇ ਲਿਖਿਆ ਇਹ। ਰਾਮਦਾਸ ਹਰਦਿਆਲ ਦੋਨੋਂ ਸੋਢੀ ਭਾਈ, ਇੱਕ ਰਾਮਦਾਸੀ ਭੈਣ ਕਹਾਈ। ਘਰ ਦੇ ਵਿੱਚ ਪਹਿਲਾਂ ਇਹਨਾਂ ਦਾ ਆਉਣਾ ਹੋਇਆ, ਤਾਂ ਕਰਕੇ ਇਹਨਾਂ ਨੂੰ ਕਹਿਣ ਲੱਗ ਗਏ ਜੇਠਾ, ਪਰ ਨਾਮ ਰਾਮਦਾਸ ਹੈ।
ਇਹ ਗੱਲ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਸਿੱਧ ਕੀਤੀ ਹੈ। ਸਾਡੇ ਕੋਲ ਸਬੂਤ ਹੈ ਵਿਦਵਾਨਾਂ ਦਾ। ਬਸ ਇਹ ਵਿਚਾਰ ਵਿੱਚੋਂ ਇੰਨੀ ਗੱਲ ਲੈਣੀ ਹੈ ਵੀ ਸਾਡੇ ਕੋਲ ਚੌਥੇ ਪਾਤਸ਼ਾਹ ਦਾ ਜੀਵਨ ਹੈ, ਜਿਹਨਾਂ ਨੂੰ ਆਪਾਂ ਭਾਈ ਜੇਠਾ ਵੀ ਕਹਿ ਦਿੰਦੇ ਹਾਂ। ਅਤੇ ਜੇਠ ਦਾ ਅਰਥ ਹੁੰਦਾ ਵੱਡਾ। ਇਹ ਦੁਨੀਆਂ ਵਿੱਚ ਸਭ ਤੋਂ ਵੱਡਾ ਕਾਲ ਪੁਰਖ ਪਰਮਾਤਮਾ ਹੈ, ਉਹ ਤੋਂ ਵੱਡਾ ਕੋਈ ਨਹੀਂ ਹੈ। ਵੱਡਾ ਕਿਉਂ ਹੈ? ਉਹਦੇ ਕੋਲ ਵੱਡੀਆਂ ਤਾਕਤਾਂ ਨੇ, ਵੱਡੀ ਸ਼ਕਤੀ ਹੈ ਉਹਦੇ ਕੋਲ, ਉਹਦਾ ਹੁਕਮ ਵੀ ਵੱਡਾ ਹੈ ਜੋ ਪਲਟਿਆ ਨਹੀਂ ਜਾ ਸਕਦਾ, ਬਦਲਿਆ ਨਹੀਂ ਜਾ ਸਕਦਾ। ਉਹਦਾ ਮੁਕਾਮ ਵੀ ਵੱਡਾ ਹੈ, ਉਹ ਨਾ ਕਦੇ ਜੰਮਦਾ ਨਾ ਕਦੇ ਮਰਦਾ। ਪਾਤਸ਼ਾਹ ਕਹਿੰਦੇ ਜੇ ਜੁੜਨਾ ਹੈ ਨਾ ਉਹ ਵੱਡੇ ਨਾਲ ਜੁੜ, ਐਵੇਂ ਛੋਟੇ ਮੋਟੇ ਲੋਕਾਂ ਨਾਲ ਕਿਉਂ ਜੁੜੀ ਫਿਰਦੇ ਤੂੰ? ਜਿਹਨਾਂ ਨਾਲ ਜੁੜਿਆ ਫਿਰਦਾ ਕੀ ਪਤਾ ਕੱਲ ਨੂੰ ਤੈਨੂੰ ਕਿੱਥੇ ਧੋਖਾ ਦੇ ਜਾਣ। ਜਿਹਨਾਂ ਨਾਲ ਤੂੰ ਜੁੜਿਆ ਫਿਰਦਾ, ਜੋ ਇਹਨਾਂ ਤੋਂ ਕੱਲ ਨੂੰ ਮੰਗੇਗਾ ਭਾਵੇਂ ਇਹਨਾਂ ਕੋਲ ਨਾ ਹੋਵੇ, ਉਹ ਜਿਹੜੇ ਖੁਦ ਖਾਲੀ ਨੇ ਉਹ ਤੈਨੂੰ ਕੀ ਭਰ ਦੇਣਗੇ? ਜਿਹੜੇ ਖੁਦ ਜੰਮਦੇ ਮਰਦੇ ਨੇ ਤੈਨੂੰ ਮੁਕਤ ਕਿਵੇਂ ਕਰ ਦੇਣਗੇ? ਕਿਉਂਕਿ ਬੜੇ ਲੋਕ ਆ ਨਾ, ਇੱਕ ਗਰੀਬ ਅਮੀਰ ਨਾਲ ਜੁੜਿਆ, ਕਿਉਂਕਿ ਗਰਜ ਹੈ ਉਹਦੀ, ਜਿਹੜੀ ਪਰਜ ਹੈ ਵੱਡੇ ਵੱਡੇ ਹੁਕਮਰਾਨਾਂ ਨਾਲ, ਅਫਸਰਾਂ ਨਾਲ, ਮੰਤਰੀ ਸੰਤਰੀ ਨਾਲ ਜੁੜੀ ਹੋਈ ਹੈ। ਜੇ ਧਰਮ ਦੀ ਦੁਨੀਆਂ ਵੇਖੀ ਹੈ, ਬੜੇ ਲੋਕ ਨੇ ਵੱਖ ਵੱਖ ਦੇਵੀ ਦੇਵਤਿਆਂ ਨਾਲ, ਬੜੀਆਂ ਮਸਾਣੀਆਂ ਨਾਲ, ਕਬਰਾਂ ਨਾਲ, ਮਠਾਂ ਨਾਲ ਜੁੜੇ ਹੋਏ ਨੇ। ਪਾਤਸ਼ਾਹ ਕਹਿੰਦੇ ਜੇ ਜੁੜਨਾ ਤਾਂ ਕਿਹਦੇ ਨਾਲ ਜੁੜ? ਫਿਰ ਉਹ ਜੁੜਨ ਵਿੱਚ ਤੈਨੂੰ ਮਿਲੂਗਾ ਕੀ? ਇਹ ਵੀ ਦੱਸਿਆ। ਜਿਹੜੇ ਨਹੀਂ ਜੁੜਦੇ ਉਹਨਾਂ ਨੂੰ ਘਾਟਾ ਕੀ ਹੈ? ਇਹ ਵੀ ਦੱਸਿਆ। ਸੋ ਆਓ ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨ। ਹਰ ਹਰ ਕੌਣ ਹੈ ਜੀ? ਪਰਮਾਤਮਾ, ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਦਾ ਹੈ। ਜਿੰਨੀ ਵੀ ਸਾਡੇ ਜੀਵਨ ਵਿੱਚ ਹਰਕਤ ਹੈ ਨਾ, ਹਿੱਲ ਜੁਲ ਹੈ, ਇਹ ਉਹਦੇ ਕਰਕੇ ਹੈ, ਤਾਂ ਕਰਕੇ ਉਹ ਕਹਿੰਦੇ ਨੇ ਹਰ। ਜੋ ਹਰੇਕ ਦੇ ਨਾਲ ਹੈ, ਕੋਈ ਇਹ ਨਹੀਂ ਕਹਿ ਸਕਦਾ ਰੱਬ ਮੇਰੇ ਨਾਲ ਨਹੀਂ। ਹਰੇਕ ਦੇ ਨਾਲ ਵੱਖਰੀ ਗੱਲ ਹੈ ਕਿ ਦਿਸਦਾ ਨਹੀਂ, ਪਰ ਹੈ ਹਰੇਕ ਦੇ ਨਾਲ। ਦੁਕਾਲੰ ਪਰਨਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭਾਗੰ ਬਭੂਤੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਸੰਗ ਸਹਾਈ ਸੋ ਆਵੈ ਨਚੀਤ, ਜੋ ਬੈਰਾਈ ਤਸ ਉਪਰੀਤ। ਜੋ ਹਰੇਕ ਨੂੰ ਹਰਿਆਂ ਭਰਿਆਂ ਕਰਦਾ ਹੈ, ਹਰੇਕ ਦੇ ਨਾਲ ਹੈ, ਹਰੇਕ ਦੇ ਨਾਲ ਹੈ, ਜੋ ਹਰੇਕ ਦੇ ਦੁੱਖਾਂ ਨੂੰ ਦਰਦਾਂ ਨੂੰ ਹਰ ਲੈਂਦਾ, ਖਤਮ ਕਰ ਦਿੰਦਾ ਜਦੋਂ ਉਹਦੇ ਨਾਲ ਅਸੀਂ ਜੁੜਦੇ ਹਾਂ। ਉਹ ਜਿਹੜਾ ਹਰੀ ਪਰਮਾਤਮਾ ਹੈ, ਉਹ ਜੇਠ ਹੈ, ਵੱਡਾ ਹੈ ਸਾਰਿਆਂ ਤੋਂ। ਵੱਡਾ ਕਿਉਂ ਹੈ ਜੀ? ਕਿਉਂਕਿ ਤਾਕਤ ਵੱਡੀ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਫਿਰ ਵਚਨ ਹੈ, ਸਭ ਜਗ ਜਿਨ ਹੈ ਉਪਾਇਆ ਭਾਈ, ਦੇ ਕਰ ਆਪਣੀ ਵੱਥ। ਇਹ ਜਿੰਨਾ ਵੀ ਸੰਸਾਰ ਹੈ ਉਹਨੇ ਪੈਦਾ ਕੀਤਾ ਵਾਹਿਗੁਰੂ ਜੀ ਨੇ, ਤਾਂ ਕਰਕੇ ਵੱਡਾ। ਫਿਰ ਜਿੰਨਾ ਵੀ ਸੰਸਾਰ ਹੈ ਇਹਦੇ ਉੱਪਰ ਉਹਦਾ ਹੁਕਮ ਚੱਲਦਾ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ।
ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ। ਪਰ ਜਿੰਨਾ ਕੁਝ ਵੀ ਸਾਨੂੰ ਮਿਲਿਆ ਇਹ ਦੇਣ ਵਾਲਾ ਵੀ ਉਹ ਹੈ, ਜਿਸ ਕਾ ਤਨ ਮਨ ਧਨ ਸਭ ਤੇ ਸਭ ਸੋਈ ਸੁਭੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ ਨੀਕੀ ਖਟਾਨੀ। ਤਾਂ ਕਰਕੇ ਵੱਡਾ ਉਹਦੇ ਨਾਲ ਜੁੜਨਾ ਹੈ। ਜੁੜਨਾ ਕਦੋਂ ਹੈ ਜੀ? ਇੱਥੇ ਠੱਠੇ ਨੂੰ ਸਿਹਾਰੀ ਲੱਗੀ ਹੋਈ ਹੈ, ਵਿਆਕਰਨ ਦਾ ਸੂਰ ਹੈ। ਇਹਦਾ ਅਰਥ ਹੈ ਵਿੱਚ ਵਿੱਚ। ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਵਿੱਚ ਉਹ ਜਿਹੜਾ ਹਰੀ ਪਰਮਾਤਮਾ ਸਾਰਿਆਂ ਦਾ ਜੇਠ ਹੈ, ਮਤਲਬ ਸਾਰਿਆਂ ਤੋਂ ਵੱਡਾ, ਉਹਦੇ ਨਾਲ ਜੁੜਦਾ ਹੈ। ਉਹਦੇ ਅੱਗੇ ਸਿਰ ਨੀਵਾਂ ਕਰਨਾ। ਸਿਰ ਨੀਵਾਂ ਕਰਨ ਦਾ ਮਤਲਬ ਕੀ ਹੁੰਦਾ ਹੈ? ਇਹ ਕੋਈ ਕਿਰਿਆ ਨਹੀਂ, ਜਿਵੇਂ ਸਰੀਰਕ ਕਿਰਿਆ ਹੁੰਦੀ ਹੈ ਨਾ। ਇੱਕ ਬੰਦਾ ਐਕਸਰਸਾਈਜ਼ ਲਾਉਂਦਾ ਜੀ, ਤੁਹਾਨੂੰ ਪਤਾ ਕਿੰਨੀ ਵਾਰੀ ਪਤਾ ਨਹੀਂ ਉਹ ਝੁਕਦਾ, ਖੜਾ ਹੁੰਦਾ, ਸੱਜੇ ਜਾਂਦਾ, ਖੱਬੇ ਜਾਂਦਾ, ਪਿੱਛੇ ਜਾਂਦਾ, ਝੁਕਦਾ ਉਹ ਵੀ ਰਿਹਾ। ਉਹ ਝੁਕਣਾ ਨਹੀਂ ਹੈ। ਇਹ ਮੱਥਾ ਟੇਕਣ ਦਾ ਭਾਵ ਹੈ, ਸੱਚੇ ਪਾਤਸ਼ਾਹ ਤੁਧਨੋ ਨਿਵਨ ਮੰਨਣ ਤੇਰਾ ਨਾਓ। ਮੈਂ ਤੇਰੇ ਅੱਗੇ ਤਾਂ ਨਿਉਂ ਗਿਆ, ਮੈਂ ਕਬੂਲ ਕਰ ਲਿਆ ਵੀ ਮੈਂ ਤੇਰਾ ਹੁਕਮ ਮੰਨਣ ਲਈ ਤਿਆਰ ਹਾਂ। ਮੈਂ ਤੇਰੇ ਅੱਗੇ ਖਤਮ ਹਾਂ, ਤੂੰ ਹੀ ਮੇਰਾ ਸਾਰਾ ਕੁਝ ਹੈ। ਮੱਥਾ ਟੇਕਣ ਦਾ ਮਤਲਬ ਇਹ ਹੈ ਵੀ ਮੈਂ ਤੇਰਾ, ਤੇਰੇ ਤੋਂ ਬਿਨਾਂ ਮੇਰਾ ਕੋਈ ਹੈ ਨਹੀਂ। ਮੱਥਾ ਟੇਕਣ ਦਾ ਮਤਲਬ ਇਹ ਵੀ ਹੁੰਦਾ ਵੀ ਮੇਰੀ ਆਹ ਜਿਹੜੀ ਮੱਤ ਹੈ ਇਹ ਬਹੁਤ ਤੁਸ਼ ਹੈ, ਛੋਟੀ ਹੈ, ਤੂੰ ਹੈ ਸਰਵੱਗ ਵੱਡਾ, ਆਪਣਾ ਗਿਆਨ ਆਪਣੀ ਮਿਹਰ ਬਖਸ਼ਿਸ਼ ਮੇਰੀ ਮੱਤ ਦੇ ਭਾਂਡੇ ਚ ਪਾ। ਸਾ ਮੱਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ। ਬੰਦਨਾ ਹਾਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਕਿਹਨੂੰ ਝੁਕਣਾ, ਕਿਹਨੂੰ ਮੱਥਾ ਟੇਕਣਾ? ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ, ਸਾਦ ਗੁਰ ਏ, ਸ੍ਰੀ ਗੁਰਦੇਵ ਏ ਨਮ ਹੈ। ਉਹਦੇ ਅੱਗੇ ਨਿਆਉਣਾ, ਉਹਦੇ ਅੱਗੇ ਝੁਕਣਾ, ਉਹਦੇ ਅੱਗੇ ਖਤਮ ਹੋ ਜਾਣਾ ਬਿਲਕੁਲ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਉਹਦੇ ਨਾਲ ਜੁੜੋ, ਉਹਦੇ ਚਰਨ ਪਕੜ ਲਓ, ਉਹਦੀ ਸ਼ਰਨ ਗ੍ਰਹਿਣ ਕਰ ਲਓ, ਜਿਹਦੇ ਅੱਗੇ ਕੁੱਲ ਜਹਾਨ, ਕੁੱਲ ਸੰਸਾਰ, ਵੱਡੀਆਂ ਵੱਡੀਆਂ ਤਾਕਤਾਂ ਝੁਕ ਰਹੀਆਂ ਨੇ, ਵੱਡੇ ਵੱਡੇ ਦੇਵੀ ਦੇਵਤੇ ਉਹਦੇ ਅੱਗੇ ਝੁਕ ਰਹੇ ਨੇ, ਉਹਦੇ ਗੁਣ ਗਾ ਰਹੇ ਨੇ। ਕਦੇ ਰੱਬ ਦੇ ਦਰ ਦਾ ਘਰ ਦਾ ਤੁਸੀਂ ਜੋ ਮਹਾਰਾਜ ਨੇ ਬਾਣੀ 'ਚ ਬੇਰਵਾ ਦਿੱਤਾ ਨਾ, ਉਹ ਪੜ੍ਹੋ। ਉਹਦੇ ਦਰ ਅਤੇ ਘਰ ਅੱਗੇ ਕੀ ਮਾਹੌਲ ਹੈ? ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋਂ, ਸਾਰੇ ਗਾਉਣ ਵਾਲਿਆਂ ਦਾ ਜ਼ਿਕਰ ਹੈ। ਬਹੁਤ ਲੰਮੀ ਲਿਸਟ ਹੈ ਇਹਦੇ ਵਿੱਚ, ਤਿੰਨ ਸ਼ਬਦ ਤਿੰਨ ਵਾਰੀ ਆਉਂਦਾ ਹੈ ਮਹਾਰਾਜ ਵਿੱਚ, ਜਪ ਜੀ ਵਿੱਚ, ਰਹਿ ਰਾਸ ਦੇ ਵਚਨ ਨੇ, ਫਿਰ 347 ਅੰਗਾਸ ਰਾਗ 'ਚ। ਫਿਰ ਪਾਤਸ਼ਾਹ ਕਹਿੰਦੇ ਹੋਰ ਕੇਤੇ ਤੁਧਨੋਂ ਗਾਵਣ ਸੇ ਮੈਂ ਚਿਤਨ ਆਵਣ। ਕਿੰਨੇ ਕੁ ਤੈਨੂੰ ਗਾ ਰਹੇ ਨੇ, ਮੇਰੇ ਚਿੱਤ ਚੇਤੇ 'ਚ ਆਉਂਦੇ ਨਹੀਂ। ਨਾਨਕ ਕਿਆ ਵਿਚਾਰ, ਨਾਨਕ ਵਿਚਾਰਾ ਕੀ ਕਰੇ, ਮਤਲਬ ਹੰਕਾਰ ਨਹੀਂ, ਕੋਈ ਦਾਵਾ ਨਹੀਂ। ਉਹਦੇ ਘਰ ਦੇ ਅੱਗੇ ਵੱਡੇ ਵੱਡੀਆਂ ਤਾਕਤਾਂ ਬੈਠੀਆਂ ਨੇ, ਜਿਹਦੇ ਅੱਗੇ ਸਾਰੇ ਝੁਕ ਰਹੇ ਨੇ, ਤੂੰ ਕਿਉਂ ਨਹੀਂ ਝੁਕਦਾ ਬਾਈ? ਤੂੰ ਰਸਤੇ 'ਚ ਕਿਉਂ ਰੁਕ ਗਿਆ? ਇਹ ਛੋਟੀਆਂ ਛੋਟੀਆਂ ਤਾਕਤਾਂ ਦੇ ਪਿੱਛੇ ਤੂੰ ਕਿਉਂ ਪੈ ਗਿਆ? ਕਦੇ ਮੜੀ 'ਤੇ ਦੀਵਾ ਲਾ ਆਇਆ, ਕਦੇ ਕਬਰ ਪੂਜ ਲਈ, ਕਦੇ ਕੋਈ ਬਾਬਾ ਲੱਭ ਲਿਆ? ਨਹੀਂ,
ਜੇ ਜੁੜਨਾ ਜੇ ਨਿਆਉਣਾ ਸਿਰ ਨੀਵਾਂ ਕਰਨਾ ਉਹਦੇ ਅੱਗੇ ਕਰ ਜਿਹਦੇ ਅੱਗੇ ਕੋਲ ਜਹਾਨ ਚੋਂ ਭਰਿਆ ਜਿਹੜਾ ਸਾਰਿਆਂ ਤੋਂ ਵੱਡਾ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਬੰਨ ਜਿਸ ਦੇ ਅੱਗੇ ਸਾਰੇ ਝੁਕ ਰਹੇ ਹਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ ਉਹ ਹਰੀ ਪਰਮਾਤਮਾ ਸਾਰਿਆਂ ਦਾ ਸੱਜਣ ਹੈ ਅਸਲੀ ਸੱਜਣ ਸੱਜਣ ਤਾਂ ਸਾਨੂੰ ਪੈਰ ਪੈਰ ਤੇ ਮਿਲ ਜਾਂਦੇ ਨੇ ਪਰ ਇਹ ਸੱਜਣ ਨਹੀਂ ਅਸਲੀ ਸੱਜਣ ਨਹੀਂ ਹੈ ਇਹ ਸੱਜਣਾਂ ਨੇ ਇੱਕ ਦਿਨ ਸਾਥ ਛੱਡ ਜਾਣਾ ਇਹ ਦੋਸਤੀਆਂ ਉਨੀ ਦੇਰ ਤੱਕ ਚੱਲਦੀਆਂ ਨੇ ਜਿੰਨੀ ਦੇਰ ਤੱਕ ਗਰਜਾਂ ਪੂਰੀਆਂ ਹੁੰਦੀਆਂ ਪਰ ਜਿਹੜੀ ਗੁਰਮੁਖ ਦੀ ਦੋਸਤੀ ਹੁੰਦੀ ਹੈ ਨਾ ਰੱਬ ਦੇ ਪਿਆਰੇ ਦੀ ਇਹ ਤਾਂ ਅੱਗੇ ਵੀ ਜਾਂਦੀ ਹੈ ਅੱਗੇ ਤੱਕ ਨਿਭਦੀ ਹੈ ਇਹ ਤੇ ਗੁਰੂ ਕੌਣ ਹੈ ਗੁਰੂ ਹੈ ਸਾਡਾ ਸੱਜਣ ਸੱਜਣ ਸੱਚਾ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਸੱਜਣ ਨਾਮ ਰਖਾ ਲੈਣਾ ਸੁੱਖ ਹੈ ਸੱਜਣ ਠੱਗ ਇੱਕ ਦਿੱਲੀ ਵਾਲਾ ਸੱਜਣ ਭੁੱਲ ਜਾਂਗੇ ਇਹਨਾਂ ਨੂੰ 1984 ਵਾਲੇ ਟੈਟਲ ਵਰਗੇ ਸੱਜਣ ਕੁਮਾਰ ਵਰਗੇ ਉਹ ਵੀ ਤਾਂ ਸੱਜਣ ਸੀ ਪਰ ਸੱਜਣ ਦਾ ਮਤਲਬ ਕੀ ਹੈ ਸੱਜਣ ਉਹ ਹੁੰਦਾ ਜਿਹੜਾ ਇੱਥੋਂ ਲੈ ਕੇ ਰੱਬ ਦੇ ਘਰ ਤੱਕ ਤੁਹਾਡਾ ਸਾਥ ਦੇ ਦੇਵੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੱਸਾਂ ਜਿੱਥੇ ਲੇਖਾ ਜੋਖਾ ਹੋਣਾ ਨਾ ਸੱਜਣ ਅੱਗੇ ਆ ਕੇ ਖੜ ਜੇ ਤੇ ਉਹ ਗੱਲ ਕਹੇ ਇਹ ਤੋਂ ਲੇਖਾ ਨਹੀਂ ਲੈਣਾ ਇਹ ਮੇਰਾ ਇਹ ਮੇਰਾ ਹੈ ਸੁੰਦਰ ਸਾਹ ਕੌਣ ਸੀ ਜੀ ਇਹ ਬੁੱਢਣ ਸ਼ਾਹ ਦਾ ਚੇਲਾ ਸੀ ਬੁੱਢਣ ਸ਼ਾਹ ਕੌਣ ਹੈ ਇਹ ਉਹੀ ਫਕੀਰ ਹੈ ਨਾ ਕੀਰਤਪੁਰ ਸਾਹਿਬ ਦੀ ਪਹਾੜੀ ਵਾਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਏ ਸੀ ਭੇਡਾਂ ਬੱਕਰੀਆਂ ਚਾਰਦਾ ਸੀ ਦੁੱਧ ਦਾ ਗੜਵਾ ਭਰ ਕੇ ਮਹਾਰਾਜ ਦੇ ਅੱਗੇ ਹੋ ਗਿਆ ਕਹਿੰਦਾ ਮਹਾਰਾਜ ਦੁੱਧ ਛਕ ਲਓ ਦੁੱਧ ਦਾ ਭਰ ਲਿਆ ਆ ਪਰ ਭਾਵਨਾ ਕੱਚੀ ਸੀ ਪਾਤਸ਼ਾਹ ਕਹਿੰਦੇ ਛਕਾਂਗੇ ਦੁੱਧ ਤਿਆਰ ਨਹੀਂ ਕਹਿੰਦਾ ਮਹਾਰਾਜ ਗੜਵੇ 'ਚ ਪਾਇਆ ਪਾਤਸ਼ਾਹ ਕਹਿੰਦੇ ਦੁੱਧ ਤਾਂ ਗੜਵੇ 'ਚ ਪਾ ਲਿਆ ਪਰ ਦਿਲ ਵਿੱਚ ਪਕਿਆਈ ਨਹੀਂ ਹੈ ਹਜੇ ਤੇਰੇ ਛਕਾਂਗੇ ਟਾਈਮ ਲੱਗੂ ਕਹਿੰਦਾ ਜੀ ਕਿੰਨੇ ਕਿੰਨਾ ਟਾਈਮ ਲੱਗੂ ਪਾਤਸ਼ਾਹ ਕਹਿੰਦੇ ਪੰਜ ਜਾਮੇ ਹੋਰ ਛੇਵੇਂ ਜਾਮੇ 'ਚ ਕਹਿੰਦਾ ਮੈਨੂੰ ਕਿਵੇਂ ਪਤਾ ਲੱਗੂ ਮਹਾਰਾਜ ਕਹਿੰਦੇ ਮੰਗ ਕੇ ਲਵਾਂਗੇ ਮੰਗ ਲੂੰਗਾ ਕਹਿੰਦਾ ਬਸ ਤੂੰ ਛਕਾਉਣ ਵਾਲਾ ਬਣੀ ਪੰਜ ਜਾਮੇ ਲੱਗ ਗਏ ਸੀ ਉਹਨੂੰ ਫਿਰ ਸਾਧਨਾ ਕਰਦੇ ਨੂੰ ਛੇਵੇਂ ਪਾਤਸ਼ਾਹ ਪਹੁੰਚ ਗਏ ਇੱਥੇ ਜਾ ਕੇ ਬੁੱਢਣ ਸ਼ਾਹ ਨੂੰ ਕਹਿੰਦੇ ਵੀ ਭਾਈ ਲਿਆ ਸਾਡਾ ਦੁੱਧ ਕਹਿੰਦਾ ਮੈਨੂੰ ਉਹੀ ਪਹਿਲਾਂ ਰੂਪ 'ਚ ਦਰਸ਼ਨ ਦਿਓ ਉਸੇ ਰੂਪ 'ਚ ਜਦੋਂ ਪਹਿਲੇ ਜਾਮੇ 'ਚ ਮਿਲੇ ਸੀ ਰੂਪ ਤਾਂ ਉਹੀ ਹੈ ਨਾ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ ਗੁਰੂ ਲਈ ਕਿੱਡੀ ਕੁ ਗੱਲ ਹੈ ਇਹ ਮਹਾਰਾਜ ਨੇ ਉਹ ਰੂਪ ਆਪਣਾ ਦਿਖਾਤਾ ਢਹਿ ਗਿਆ ਚਰਨਾਂ 'ਤੇ ਦੁੱਧ ਛਕਾਇਆ ਮਹਾਰਾਜ ਇਹ ਦੁੱਧ ਦੇ ਗੜਵੇ ਇਹਨੇ ਭੁੱਲਿਆ ਨਾ ਕਰੋ ਤਿੰਨ ਨੇ ਇਹ ਇੱਕ ਬਾਬਾ ਬੁੱਢਾ ਸਾਹਿਬ ਦੇ ਦੁੱਧ ਦਾ ਗੜਵਾ ਜੀ ਇੱਕ ਬੁੱਢਣ ਸ਼ਾਹ ਦੇ ਦੁੱਧ ਦਾ ਗੜਵਾ ਤੀਸਰਾ ਮੋਤੀ ਮਹਿਰ ਇਤਿਹਾਸ ਦੀ ਪਕੜ ਰੱਖਿਆ ਕਰੋ ਸਭ ਤੋਂ ਮਹਿੰਗਾ ਦੁੱਧ ਸਰਹੰਦ ਦੀ ਧਰਤੀ 'ਤੇ ਵਿਕਿਆ ਸੀ ਇੱਕ ਦੁੱਧ ਦੇ ਗੜਵੇ ਦੇ ਬਦਲੇ ਇੱਕ ਕੜਾਹ ਖੂਨ ਦਾ ਭਰ ਗਿਆ ਸੀ ਇੱਕ ਕੜਾਹ ਜਦੋਂ ਮੋਤੀ ਰਾਮ ਮਹਿਰੇ ਦਾ ਸਾਰਾ ਪਰਿਵਾਰ ਚੱਕ ਕੇ ਕੋਹਲੂ 'ਚ ਪੀਂਦਾ ਸੀ ਤਿੰਨ ਦੁੱਧ ਦੇ ਗੜਵੇ ਆ ਇਹ ਪ੍ਰਭਚਾਰ ਤਾਂ ਬੁੱਢਣ ਸ਼ਾਹ ਨੇ ਦੁੱਧ ਛਕਾਇਆ ਮਹਾਰਾਜ ਇਹਦਾ ਅੱਗੇ ਚੇਲਾ ਜੀ ਸੁੰਦਰ ਸ਼ਾਹ ਬੁੱਢਣ ਸ਼ਾਹ ਦਾ ਅਤੇ ਛੇਵੇਂ ਪਾਤਸ਼ਾਹ ਦਾ ਸਿੱਖ ਹੈ ਅੱਗੇ ਬਾਬਾ ਬਿਧੀ ਚੰਦ ਉਹ ਦੋਹਾਂ ਦੀ ਮਿੱਤਰਤਾ ਪੈ ਗਈ ਅਸੀਂ ਸ਼ਬਦ ਬਾਣੀ ਪੜ੍ਹਨੀ ਅਤੇ ਵਿਚਾਰ ਚਰਚਾ ਚੱਲਣੀ
ਆ ਸ਼ਬਦ ਚੱਲ ਪਿਆ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾ। ਸੁੰਦਰ ਸਾਹ ਕਹਿੰਦਾ ਬਾਬਾ ਬਿਧੀ ਚੰਦ ਨੂੰ, ਕਹਿੰਦਾ ਵੀ ਸਾਥ ਦੇ ਨਾ ਮੇਰਾ। ਜੇ ਬਾਣੀ ਇਹ ਗੱਲ ਕਹਿੰਦੀ ਹੈ ਸੱਜਣ ਅੱਗੇ ਸਾਥ ਦਿੰਦਾ, ਤੂੰ ਐ ਮੇਰਾ ਸੱਜਣ ਚੱਲੇਗਾ ਅੱਗੇ, ਕਹਿੰਦਾ ਜ਼ਰੂਰ ਚੱਲਾਂਗੇ, ਜਾਵਾਂਗੇ ਅੱਗੇ। ਅਤੇ ਜਦੋਂ ਅਖੀਰਲਾ ਸਮਾਂ ਆਇਆ ਸੀ ਨਾ, ਉਹ ਵਕਤ ਫਿਰ ਬਾਬਾ ਜੀ ਨੇ ਆਗਿਆ ਲੈਣੀ ਸੀ ਗੁਰੂ ਹਰਗੋਬਿੰਦ ਮਹਾਰਾਜ ਤੋਂ, ਕਹਿੰਦਾ ਪਾਤਸ਼ਾਹ ਮੈਨੂੰ ਸੁੰਦਰ ਸਾਹਿਬ ਯਾਦ ਕਰ ਰਿਹਾ ਅਤੇ ਮੈਂ ਜਾਣਾ। ਪਾਤਸ਼ਾਹ ਕਹਿੰਦੇ ਤੂੰ ਉਹਦੇ ਨਾਲ ਦੋਸਤੀ ਨਿਭਾ, ਪਰ ਮੇਰੇ ਦਰਬਾਰ 'ਚ ਇੱਕ ਦੋਸਤ ਦੀ ਜਗ੍ਹਾ ਖਾਲੀ ਹੋ ਗਈ। ਇੱਥੋਂ ਤੱਕ ਵਚਨ ਸੀ ਮਾਤਾ, ਕਹਿੰਦੇ ਅੱਖਾਂ ਭਰ ਆਏ ਸੀ ਛੇਵੇਂ ਪਾਤਸ਼ਾਹ। ਸਾਨੂੰ ਅਜੇ ਪਤਾ ਹੀ ਨਹੀਂ ਲੱਗਿਆ ਵੀ ਸੱਜਣ ਕੌਣ ਹੁੰਦਾ। ਸੱਜਣ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਮਾੜੇ ਕੰਮਾਂ ਤੋਂ ਰੋਕ ਕੇ ਸਹੀ ਪਾਸੇ ਤੋਰ ਦੇਵੇ। ਉਹ ਸੱਜਣ ਨਹੀਂ ਹੁੰਦਾ ਜੋ ਤੁਹਾਡੇ ਗਲਤ ਕੰਮਾਂ 'ਚ ਤੁਹਾਡਾ ਸਾਥ ਦੇ ਦੇਵੇ, ਤੁਹਾਨੂੰ ਰੋਕੇ ਨਾ। ਅਸਲੀ ਸੱਜਣ ਉਹ ਹੈ ਜੋ ਤੁਹਾਨੂੰ ਮਾੜੇ ਪਾਸੇ ਜਾਂਦਿਆਂ ਨੂੰ ਰੋਕ ਕੇ ਸਹੀ ਰਸਤੇ 'ਤੇ ਲੈ ਜਾਵੇ। ਅਸਲੀ ਮਿੱਤਰਤਾ ਉਹ ਹੈ। ਪਾਤਸ਼ਾਹ ਕਹਿੰਦੇ ਹਰ ਸੱਜਣ ਦਾਵਣ ਲੱਗਿਆਂ। ਹਰੀ ਪਰਮਾਤਮਾ ਜਿਹੜਾ ਸਾਰਿਆਂ ਦਾ ਸੱਜਣ ਹੈ, ਦਾਵਣ ਦਾ ਅਰਥ ਹੁੰਦਾ ਪੱਲਾ, ਪੱਲਾ। ਜਦੋਂ ਉਹਦੇ ਉਪਦੇਸ਼ ਰੂਪ, ਬੰਦਗੀ ਰੂਪ, ਨਾਮ ਰੂਪ, ਹੁਕਮ ਰੂਪ, ਰਜਾ ਰੂਪ ਪੱਲੇ ਨਾਲ ਜੁੜ ਗਏ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਤੁਹਾਨੂੰ ਬੰਨ ਸਕੇ। ਨਾ ਪੰਜੇ ਵਿਕਾਰ, ਨਾ ਦੁੱਖ ਸੁੱਖ, ਨਾ ਪੰਜੇ ਦੋਖ, ਨਾ ਦੁਨੀਆਂ ਦੇ ਰਸ, ਨਾ ਉਸਤਤ ਤਾਂ ਨਾ ਨਿੰਦਿਆ। ਮਤਲਬ ਕੋਈ ਦੁਨੀਆਂ ਦੀ ਤਾਕਤ ਨਹੀਂ ਤੁਹਾਨੂੰ ਆਪਣੀ ਪਾਕੜ 'ਚ ਲੈ ਸਕੇ, ਤੁਹਾਨੂੰ ਪ੍ਰਭਾਵਿਤ ਕਰ ਸਕੇ, ਤੁਹਾਨੂੰ ਰੱਬ ਤੋਂ ਤੋੜ ਕੇ ਆਪਣੇ ਨਾਲ ਜੋੜ ਸਕੇ ਜਦੋਂ ਤੁਸੀਂ ਉਹਦੇ ਉਪਦੇਸ਼ ਰੂਪ ਪੱਲੇ ਨਾਲ ਜੁੜ ਗਏ। ਪਰ ਜੁੜਿਆ ਕਿਵੇਂ ਜਾਂਦਾ? ਇੱਕ ਪੱਲੇ ਦੀ ਰਸਮ ਇੱਥੇ ਹੁੰਦੀ ਹੈ। ਗ੍ਰੰਥੀ ਸਿੰਘ ਅਨਾਊਂਸ ਕਰਦਾ ਵੀ ਲੜਕੀ ਦਾ ਪਿਤਾ ਉੱਠੇ ਅਤੇ ਲੜਕੇ ਦਾ ਪੱਲਾ ਬੱਚੀ ਨੂੰ ਫੜਾ ਦੇ। ਪਰ ਇਹ ਪੱਲਾ ਕਿਵੇਂ ਫੜ ਹੋਊਗਾ? ਇਹਦੇ ਲਈ ਅਰਦਾਸ ਕਰਨੀ ਪੈਣੀ ਹੈ। ਉਹ ਅਰਦਾਸ ਗੁਰੂ ਰਾਮਦਾਸ ਨੇ ਦੱਸੀ ਹੈ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲੈ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ ਪਾਲੀ ਪੱਲਾ। ਹੇ ਮਹਾਰਾਜ, ਕਿਰਪਾ ਕਰ ਆਪਣੇ ਉਪਦੇਸ਼ ਰੂਪ ਪੱਲੇ ਨਾਲ ਸਾਨੂੰ ਲਾਲਾ। ਅਤੇ ਪੱਲਾ ਜਦੋਂ ਪਕੜਿਆ ਜਾਂਦਾ ਨਾ, ਇਹ ਕਿਰਿਆ ਸਿਰਫ ਇੱਕ ਦੋ ਮਿੰਟ ਦੀ ਹੁੰਦੀ ਹੈ, ਜ਼ਿਆਦਾ ਲੰਮਾ ਨਹੀਂ ਹੁੰਦਾ। ਕਹਿੰਦੇ ਆ ਕੇ ਪਿਤਾ ਉੱਠਦਾ, ਬੱਚੇ ਦਾ ਪੱਲਾ ਆਪਣੀ ਧੀ ਰਾਣੀ ਦੇ ਹੱਥ 'ਚ ਫੜਾ ਦਿੰਦਾ, ਸਿਰਫ ਇੱਕ ਦੋ ਮਿੰਟ ਲੱਗਦੇ। ਕਿਰਿਆ ਇੰਨੀ ਹੈ, ਪਰ ਮਿਲਦਾ ਕੀ ਹੈ? ਬਹੁਤ ਵੱਡਾ, ਬਹੁਤ ਵੱਡਾ। ਜਿਉਂ ਹੀ ਪੱਲਾ ਲੜਕੀ ਨੇ ਪਕੜ ਲਿਆ ਨਾ, ਪਤੀ ਦੇ ਕੋਲ ਜੋ ਕੁਝ ਵੀ ਹੈ ਉਹਦੀ ਬਰਾਬਰ ਦੀ ਹੱਕਦਾਰ ਹੈ, ਨਾਲ ਦੀ ਨਾਲ ਉਹ ਧੀ ਬੱਚੀ ਪੱਲਾ ਫੜਨ ਦੇ ਨਾਲ ਹੀ। ਫਿਰ ਉਹ ਪੱਲਾ ਸਾਰੀ ਦਿਨ, ਇੱਕ ਦਿਨ ਦੀ ਕਹਾਣੀ ਹੈ ਵੀ ਉਹਨੂੰ ਪਕੜ ਕੇ ਦੋਏ ਤੁਰਦੇ ਨੇ, ਮੁੜ ਕੇ ਪੱਲਾ ਤਹਿ ਲਾ ਕੇ ਰੱਖ ਦਿੰਦੇ। ਅਹਿਸਾਸ ਸਾਰੀ ਜ਼ਿੰਦਗੀ, ਸਿੱਖਿਆ, ਸਿਹਤ, ਸੁਨੇਹਾ ਸਾਰੀ ਜ਼ਿੰਦਗੀ ਦਾ ਹੈ। ਉਹ ਬੱਚੀ ਨੂੰ ਪਤਾ ਵੀ ਮੈਂ ਹੁਣ ਇਹਦਾ ਪੱਲਾ ਫੜਿਆ ਹੋਇਆ, ਇਹ ਮੇਰਾ ਖਾਵੰਦ ਹੈ, ਮੇਰਾ ਪਤੀ ਹੈ, ਮੇਰਾ ਮਾਲਕ ਹੈ, ਮੇਰੇ ਸਿਰ ਦਾ ਸਾਈਂ ਹੈ। ਇਸੇ ਤਰ੍ਹਾਂ ਸਾਨੂੰ ਪੱਲਾ ਕਲਗੀ ਧਰ ਨੇ ਕਿਹਦਾ ਫੜਾਇਆ ਸੀ? ਬਚਨ ਇਹ, ਗੰਢ ਅਕਾਲ ਪੁਰਖ ਸਿਉਂ ਪਾਇਓ, ਸੌਂਪਣ ਕਰ ਅੰਚਨ ਪਕੜਾਇਓ,
ਕਲਗੀਧਰ ਨੇ ਪੱਲਾ ਫੜਾਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹਨੂੰ ਛੱਡ ਕੇ ਹੋਰ ਪਾਸੇ ਨਾ ਜਾਇਓ। ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਗੁਰੂ ਮਾਨਿਓ। ਜਿਹੜਾ ਇਹਦੇ ਨਾਲ ਜੁੜ ਗਿਆ ਨਾ, ਜਿਹਦੇ ਨਾਲ ਗੁਰੂ ਜੀ ਜੋੜ ਗਏ ਸਾਨੂੰ ਤਨੋ ਮਨੋ ਧਨੋ, ਜਿਹੜਾ ਇਹਦੇ ਨਾਲ ਜੁੜ ਗਿਆ, ਦੁਨੀਆਂ ਦੀ ਕੋਈ ਤਾਕਤ ਨਹੀਂ ਤੁਹਾਨੂੰ ਬੰਨ ਸਕੇ। ਕਾਰ ਸੇਵਾ ਵਾਲੇ ਮਹਾਂਪੁਰਖ ਪੁਰਾਤਨ ਸਾਧੂਆਂ ਦਾ ਜੀਵਨ ਪੜ੍ਹੋ ਕਦੇ ਤੁਸੀਂ, ਬਾਬਾ ਜੀਵਨ ਸਿੰਘ ਜੀ, ਬਾਬਾ ਗੁਰਮੁਖ ਸਿੰਘ ਜੀ, ਕਾਰ ਸੇਵਾ ਵਾਲੇ, ਗੋਦਾਵਰੀ ਦਾ ਪੁੱਲ ਬੰਨਤਾ ਉਹਨਾਂ ਨੇ, ਅੱਜ ਵੀ ਜਾਓ ਹਜ਼ੂਰ ਸਾਹਿਬ ਤੁਸੀਂ। ਵੱਡੀਆਂ ਵੱਡੀਆਂ ਹਕੂਮਤਾਂ ਸਰਕਾਰਾਂ ਹੱਥ ਖੜ੍ਹੇ ਕਰ ਗਈਆਂ ਨੇ, ਕਹਿੰਦੇ ਸਾਡੇ ਤੋਂ ਇਹ ਕੰਮ ਨਹੀਂ ਹੋਣਾ, ਉਹਨਾਂ ਨੇ ਪੁੱਲ ਬੰਨਤਾ। ਅਤੇ ਰਾਜਨੀਤਿਕ ਲੋਕ ਉਹ ਮੱਖੀਆਂ ਵਾਂਗੂ ਭਿਣਕਦੇ ਫਿਰਨ ਆ ਕੇ, ਕਹਿੰਦੇ ਬਾਬਾ ਜੀ ਦੱਸੋ ਉਦਘਾਟਨ ਕਦੋਂ ਕਰਨਾ, ਅਤੇ ਕਿਸੇ ਵੱਡੇ ਮੰਤਰੀ ਨੂੰ ਕਹਿ ਦਈਏ, ਪ੍ਰਧਾਨ ਮੰਤਰੀ ਨੂੰ ਕਹਿ ਦਈਏ। ਉਹ ਕਹਿੰਦੇ ਭਾਈ ਤੁਸੀਂ ਕਹਿਣਾ ਨਹੀਂ, ਮੈਂ ਕਹਿਤਾ। ਉਹ ਕਹਿੰਦੇ ਕਿਹਨੂੰ ਕਹਿਤਾ? ਕਹਿੰਦੇ ਕੋਈ ਗੱਲ ਨਹੀਂ, ਦੱਸ ਦਾਂਗੇ ਜਿਹਦੇ ਉਦਘਾਟਨ ਹੋਊਗਾ। ਜਿਹਦੇ ਦਿਨ ਬੰਨਿਆ ਸੀ ਨਾ, ਪੰਜ ਸਿੰਘਾਂ ਨੂੰ ਕਹਿੰਦੇ ਐਂ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਤਿਆਰ ਕਰੋ ਅਤੇ ਕਮਰ ਕਸਾ ਲਾ ਲਓ। ਮਹਾਂਪੁਰਖਾਂ ਨੇ ਸਿਰ 'ਤੇ ਮਰ ਦਾ ਸਵਾਰਾ ਲੈ ਕੇ ਚੱਲ ਪਏ। ਇਸ ਤੋਂ ਵੱਡਾ ਕੋਈ ਮੰਤਰੀ ਨਹੀਂ ਹੈ, ਇਸ ਤੋਂ ਵੱਡਾ ਕੋਈ ਰਾਜਾ ਨਹੀਂ ਹੈ। ਗੋਦਾਵਰੀ ਦੇ ਪੁੱਲ ਦਾ ਉਦਘਾਟਨ ਗੁਰੂ ਗ੍ਰੰਥ ਸਾਹਿਬ ਨੇ ਕੀਤਾ। ਅਸੀਂ ਟੁੱਟ ਗਏ ਤਾਕਤ ਤੋਂ, ਤਾਂ ਕਰਕੇ ਅਸੀਂ ਪਰਿਵਾਰਕ ਤੌਰ 'ਤੇ ਵੀ ਖਵਾਰ ਹਾਂ, ਸਮਾਜਿਕ ਤੌਰ 'ਤੇ ਵੀ ਖਵਾਰ ਹੋਵੇ ਅਤੇ ਕੌਮੀ ਅਤੇ ਤੌਰ 'ਤੇ ਵੀ ਅਸੀਂ ਖਵਾਰ ਹੋ ਰਹੇ ਹਾਂ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਦੁਨੀਆਂ ਦੀ ਕੋਈ ਤਾਕਤ ਨਹੀਂ ਤੁਹਾਨੂੰ ਬੰਨ ਸਕੇ ਜੇ ਗੁਰੂ ਦੇ ਪੱਲੇ ਨਾਲ ਤੁਸੀਂ ਜੁੜ ਜਾਓ। ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਨੇ, ਉਹ ਗੁਰੂ ਦਾ ਕੌਤਕ ਸੀ, ਹਰਦਾਸ ਦਰੋਗਾ ਸੀ ਗਵਾਲੀਅਰ ਦੇ ਕਿਲ੍ਹੇ ਦਾ। ਮਹਾਰਾਜ ਨੇ ਸਰਕਾਰੀ ਭੋਜਨ ਛਕਣਾ ਬੰਦ ਕਰਤਾ, ਦਰੋਗਾ ਬਣ ਗਿਆ ਸੇਵਕ। ਕਹਿੰਦਾ ਮਹਾਰਾਜ ਦੋਏ ਟਾਇਮ ਮੇਰੇ ਘਰੋਂ ਲੰਗਰ ਚੱਲੂਗਾ। ਪਾਤਸ਼ਾਹ ਕਹਿੰਦੇ ਚੱਲ ਠੀਕ ਹੈ, ਤੂੰ ਸੇਵਾ ਕਰ ਲੈ। ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਵੀ ਜੇ ਤੁਸੀਂ ਕਹੋ ਤਾਂ ਆਪਾਂ ਕੱਢ ਦਿੰਦੇ ਹਾਂ ਤੁਹਾਨੂੰ। ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਆਇਆ, ਅੱਜ ਨਾ ਦੇਖ ਮੈਂ ਅੰਦਰ ਬੈਠਾ, ਜਿਸ ਦਿਨ ਜਾਊਂਗਾ ਉਹਦੇ ਵੇਖ ਲਈ ਕਰਨ ਕੀ ਆਇਆ। ਅਤੇ ਰਾਜੇ ਉਹ ਸੀ ਉੱਥੇ, ਮੌਤ ਏ ਸਜ਼ਾ, ਮਤਲਬ ਤਾਂ ਰੋਜ਼ ਹੀ ਮਰਦੇ ਸੀ ਨਾ, ਇੱਕ ਤਾਂ ਮੌਤ ਇੱਕ ਦਿਨ ਦੀ ਹੁੰਦੀ ਹੈ, ਉਹ ਤਾਂ ਰੋਜ਼ ਹੀ ਮਰਦੇ ਸੀ। ਗਿੱਟਿਆਂ 'ਚ ਸੰਗਲ ਪਾਏ ਸੀ ਉਹਨਾਂ ਦੇ, ਕੀਲੇ ਨਾਲ ਨੂੜੇ ਹੋਏ ਸੀ, ਨਾ ਕਦੇ ਨਹਾਉਣਾ ਨਾ ਧੋਣਾ, ਰੋਟੀ ਪਾਣੀ ਦਾ ਕੋਈ ਪ੍ਰਬੰਧ ਨਹੀਂ, ਜ਼ਖਮ ਹੋ ਕੇ ਮੱਖੀਆਂ ਭਿਣਕਦੀਆਂ ਸੀ ਅਤੇ ਬਦਬੂ ਮਾਰਦੀ ਸੀ। ਇਸ ਤਰ੍ਹਾਂ ਦਾ ਜੀਵਨ ਸੀ ਰਾਜਿਆਂ ਦਾ। ਆਮ ਬੰਦੇ ਨਹੀਂ ਸੀ ਉਹ, ਸਿਆਸੀ ਕੈਦੀ ਸੀ ਸਾਰੇ। ਅਤੇ ਉੱਥੇ ਦੀਵਾਨ ਲੱਗਣਾ ਸ਼ੁਰੂ ਹੋ ਗਿਆ, ਲੰਗਰ ਚੱਲਣੇ ਸ਼ੁਰੂ ਹੋ ਗਏ, ਮਹਾਰਾਜ ਨੇ ਕਾਈ ਉਹਨਾਂ ਦੀ ਪਲਟਤੀ ਸਾਰਿਆਂ ਦੀ, ਬੜਾ ਵਧੀਆ ਜੀਵਨ ਹੋ ਗਿਆ। ਅਤੇ ਜਿਸ ਦਿਨ ਸੱਚੇ ਪਾਤਸ਼ਾਹ ਚੱਲੇ ਨਾ, ਅਰਦਾਸ ਦਰੋਗ ਆ ਗਿਆ, ਕਹਿੰਦਾ ਪਾਤਸ਼ਾਹ 52 ਨੂੰ ਲੈ ਚੱਲੇ ਹੋ। ਮਹਾਰਾਜ ਕਹਿੰਦੇ ਭਾਵੇਂ 52 ਲੱਖ ਆ ਜੇ, ਭਾਵੇਂ 52 ਲੱਖ ਆ ਜੇ, ਜਿੰਨੀ ਜਿੰਨੀ ਗਿਣਤੀ ਵੱਧਦੀ ਜਾਊਗੀ ਓਨਾ ਓਨਾ ਮੇਰਾ ਪੱਲਾ ਵੀ ਵੱਧਦਾ ਜਾਊਗਾ। ਕੱਲੀ 52 ਦੀ ਗਿਣਤੀ ਨਹੀਂ ਆਏ, 52 ਲੱਖ ਵੀ ਆ ਜਾਏ, 52 ਕਰੋੜ ਵੀ ਆ ਜਾਏ, ਗੁਰੂ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਅਤੇ ਮਹਾਰਾਜ ਫਿਰ ਉਹਨਾਂ ਨੂੰ ਲੈ ਕੇ ਆਏ ਬਾਹਰ, ਅੰਦਰ ਨਹੀਂ ਛੱਡੇ। ਕਿਉਂ? ਕਿਉਂਕਿ ਮਹਾਰਾਜ ਦੀ ਸ਼ਰਨ ਗ੍ਰਹਿਣ ਕਰਨੀ ਸੀ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਦੁਨੀਆਂ ਦੀ ਕੋਈ ਤਾਕਤ ਨਹੀਂ ਉਸ ਨੂੰ ਬੰਨ ਸਕੇ। ਮਾਨਕ ਮੋਤੀ ਨਾਮ ਪ੍ਰਭ,
ਉਨ ਲੱਗੇ ਨਾਹੀ ਸਨ। ਜਦੋਂ ਅਸੀਂ ਉਹਦੇ ਨਾਲ ਜੁੜ ਜਾਵਾਂਗੇ ਹੋਰ ਕੀ ਮਿਲੂਗਾ। ਪਾਤਸ਼ਾਹ ਕਹਿੰਦੇ ਜਿਹੜਾ ਰੱਬ ਦਾ ਨਾਮ ਹੈ ਨਾ ਉਹਦੇ ਵਿੱਚੋਂ ਮਾਨਕ ਮੋਤੀ ਪੈਦਾ ਹੋ ਜਾਣਗੇ। ਮਾਨਕ ਮੋਤੀ ਕਿਹੜੇ ਜੀ? ਸ਼ੁਭ ਗੁਣਾਂ ਦੇ, ਸੱਤ, ਸੰਤੋਖ, ਦਇਆ, ਧਰਮ, ਸ਼ੁਭ ਵਿਚਾਰ, ਇਹ ਸਭ ਕੁਝ ਨਾਮ ਵਿੱਚੋਂ ਪੈਦਾ ਹੁੰਦਾ। ਪਹਿਲਾਂ ਨਾਮ ਦਾ ਨਿਵਾਸ ਹੁੰਦਾ, ਫਿਰ ਨਾਮ ਦੇ ਵਿੱਚੋਂ ਇਹ ਪ੍ਰਕਾਸ਼ ਹੁੰਦਾ ਸ਼ੁਭ ਗੁਣਾਂ ਦਾ। ਅਤੇ ਜਦੋਂ ਹੋ ਗਏ ਕਹਿੰਦੇ ਇਸ ਚੀਜ਼ ਨੂੰ ਫਿਰ ਕੋਈ ਸੰਨ ਨਹੀਂ ਲੱਗ ਸਕਦੀ, ਕੋਈ ਚੋਰ ਲੁਟੇਰਾ ਲੁੱਟ ਨਹੀਂ ਸਕਦਾ ਉਹਨਾਂ ਨੂੰ, ਨਾ ਨਾਮ ਨੂੰ ਨਾ ਸ਼ੁਭ ਗੁਣਾਂ ਨੂੰ। ਹੁਣ ਜਿਹੜੇ ਬੰਦੇ ਦੇ ਜੀਵਨ 'ਚ ਦਇਆ ਆ ਗਈ, ਦਇਆ ਕਿ ਉਸਦੀ ਦਇਆ ਨੂੰ ਕੋਈ ਖੋਲੂਗਾ? ਨਹੀਂ ਹੋ ਸਕਦਾ। ਜਿਸਦੇ ਅੰਦਰ ਹਮਦਰਦੀ ਆ ਗਈ, ਹਲੀਮੀ ਆ ਗਈ, ਪਿਆਰ ਆ ਗਿਆ, ਨਿਮਰਤਾ ਆ ਗਈ, ਸੰਤੋਖ ਆ ਗਿਆ, ਦੁਨੀਆ ਦੀ ਕੋਈ ਤਾਕਤ ਇਹਨੂੰ ਖੋ ਸਕੇ, ਹੁਣ ਲੁੱਟ ਸਕੇ, ਹੁਣ ਲੱਗੇ ਨਾਹੀ ਸਨ, ਕੋਈ ਚੋਰ ਲੁਟੇਰਾ ਉਹਨੂੰ ਸਨ ਨਹੀਂ ਲਾ ਸਕਦਾ। ਨਾ ਉਹ ਮਰੇ ਨਾ ਠਾਗੈ ਜਾਏ, ਜਿਣਕੈ ਰਾਮ ਵਸੈ ਮਨ। ਉਹ ਲੁੱਟਿਆ ਨਹੀਂ ਜਾਂਦਾ, ਉਹਦੇ ਕੋਲ ਜਿਹੜਾ ਅਸਲੀ ਧਨ ਆਇਆ ਹੈ ਉਹ ਚੋਰੀ ਨਹੀਂ ਹੋ ਸਕਦਾ ਹੈ। ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਾਵਨ। ਜਿਹੜੇ ਦੁਨੀਆਂ ਦੇ ਰੰਗ ਤਮਾਸ਼ੇ ਚਾਓ ਵਿਗਾਸ ਖੇੜੇ ਸਾਡੇ ਮਨ ਨੂੰ ਚੰਗੇ ਲੱਗਦੇ ਨੇ, ਭਾਉਂਦੇ ਨੇ, ਵਧੀਆ ਲੱਗਦੇ ਨੇ, ਪਾਤਸ਼ਾਹ ਕਹਿੰਦੇ ਇਹ ਸਾਰੇ ਰੰਗ, ਰੰਗ ਮੀਨ ਖੁਸ਼ੀਆਂ, ਚਾਓ, ਖੇੜੇ, ਵਿਗਾਸ, ਉਹ ਰੱਬ ਦੇ ਕੋਲ ਨੇ, ਉਹਦੇ ਨਾਮ ਦੇ ਵਿੱਚ ਨੇ। ਰੰਗ ਸਭੇ ਨਾਰਾਇਣ ਹੈ, ਨਾਰਾਇਣ ਜਿਹਦੇ ਵਿੱਚ ਅਵਿਦਿਆ ਰੂਪ ਰਾਇਣ ਰਾਤ ਨਹੀਂ ਹੈ। ਨੀਰ ਆਇਨ, ਆਇਨ ਘਰ, ਨੀਰ ਪਾਣੀ, ਜਿਹਦਾ ਘਰ ਪਾਣੀ ਦੇ ਵਿੱਚ ਹੈ, ਪਾਣੀ ਵਿੱਚ ਵੀ ਵੱਸਦਾ ਹੈ, ਇਸ ਤਰ੍ਹਾਂ ਦੇ ਅਰਥ ਨੇ। ਉਹ ਅਕਾਲ ਪੁਰਖ ਪਰਮਾਤਮਾ ਜਿਹਦੇ ਵਿੱਚ ਅਵਿਦਿਆ ਰੂਪ ਰਾਤ ਨਹੀਂ, ਜਿਹੜਾ ਪਾਣੀ ਵਿੱਚ ਵੀ ਜਿਹਦਾ ਵਾਸਾ ਹੈ। ਕਹਿੰਦੇ ਜਿੰਨੇ ਵੀ ਚਾਅ ਨੇ, ਖੁਸ਼ੀਆਂ, ਖੇੜੇ ਉਹਦੇ ਨਾਮ ਦੇ ਵਿੱਚ ਨੇ, ਜਿਹੜੇ ਤੈਨੂੰ ਚੰਗੇ ਲੱਗਦੇ ਨੇ, ਜਿਹੜੇ ਤੈਨੂੰ ਵਧੀਆ ਲੱਗਦੇ ਨੇ, ਜਿਹਨਾਂ ਨੇ ਤੂੰ ਹਰ ਰੋਜ਼ ਅਰਦਾਸ ਕਰਦਾ, ਜਿਹੜੇ ਤੂੰ ਹਰ ਰੋਜ਼ ਮੰਗਦਾ, ਪਰ ਮਿਲਣੇ ਕਿਹਨੂੰ ਨੇ? ਜਦੋਂ ਉਹਦੀ ਕਿਰਪਾ ਹੋ ਜਾਏ, ਲੱਖ ਖੁਸ਼ੀਆਂ ਜੇ ਨਿਮਖ ਏਕ, ਨਿਮਖ ਏਕ ਹਰ ਨਾਮ ਦੇ ਮੇਰਾ ਮਾਨ ਤਨ ਸੀਤਲ ਹੋਏ। ਮੁੜ ਕੇ ਫੇਰ ਆਓ, ਰੰਗ ਸਦੇ ਨਾਰਾਇਣ ਹੈ, ਇਹ ਦੁਨੀਆਂ ਦੇ ਜਿੰਨੇ ਵੀ ਰੰਗ ਨੇ, ਰੰਗ ਦੇਖ ਕੇ ਨਫ਼ਰਤ ਨਾ ਕਰਿਆ ਕਰ। ਕੋਈ ਚਿੱਟੇ ਰੰਗ ਦਾ, ਕੋਈ ਕਣਕ ਵੰਨੇ ਰੰਗ ਦਾ, ਅਤੇ ਕੋਈ ਕਾਲੇ ਰੰਗ ਦਾ, ਇਹ ਉਹਨੇ ਪੈਦਾ ਕੀਤੇ ਨੇ ਸਾਰੇ। ਹੋਰ ਅੱਗੇ ਚੱਲੋ, ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋਤ ਸੁਭਾਵ ਹੈ, ਸਾਈ ਗੱਲ ਚੰਗੀ, ਜਿੰਨੇ ਵੀ ਰੰਗ ਨੇ ਉਹਦੇ ਨੇ, ਰੰਗ ਸਵੇ ਨਾਰਾਇਣ ਹੈ, ਜੇਤੇ ਮਨ ਪਾਵਨ, ਜਿਹੜੇ ਤੇਰੇ ਮਨ ਨੂੰ ਭਾਉਂਦੇ ਆ, ਚੰਗੇ ਲੱਗਦੇ ਆ, ਇਹ ਤੈਨੂੰ ਮਿਲ ਜਾਣਗੇ ਸਾਰੇ। ਪਰ ਮਿਲਣਗੇ ਉਦੋਂ ਜਦੋਂ ਉਹਦੇ ਨਾਮ ਨਾਲ ਜੁੜੇਗਾ, ਉਹਦੇ ਨਾਲ ਜੁੜੇਗਾ, ਇਹ ਸਭ ਤੈਨੂੰ ਮਿਲ ਜਾਣਗੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜਦੋਂ ਅਸੀਂ ਜੁੜ ਗਏ ਉਹਦੇ ਨਾਲ, ਹਰੇਕ ਚੀਜ਼ ਨਾਲ, ਤੁਕ ਨਾਲ ਜਦੋਂ ਇਹ ਪੰਗਤੀ ਜੋੜ ਲਉਂਗੇ ਨਾ, ਇੰਨੀ ਵੀ ਜਦੋਂ ਅਸੀਂ ਜੁੜ ਗਏ, ਜਦੋਂ ਅਸੀਂ ਉਹਦੇ ਅੱਗੇ ਸਿਰ ਨੀਵਾਂ ਕਰਤਾ, ਜਦੋਂ ਅੱਗੇ ਡਿੱਗ ਗਏ ਤਾਂ ਹੋਰ ਕੀ ਮਿਲੂਗਾ? ਪਾਤਸ਼ਾਹ ਕਹਿੰਦੇ ਇੱਕ ਅਵਸਥਾ ਬਣ ਜਾਣੀ ਹੈ। ਇੱਕ ਅਵਸਥਾ ਕਿਹੜੀ? ਜੋ ਹਰ ਲੋੜੇ,
ਜੋ ਹਰੀ ਪਰਮਾਤਮਾ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਵਧੀਆ ਲੱਗਦਾ ਹੈ, ਸੋ ਕਰੇ, ਉਹੀ ਹੋਣਾ, ਉਹੀ ਹੋਣਾ। ਸੋਈ ਜੀਵ ਕਰਨ ਤੇ ਉਹੀ ਜੀਵ ਕਰਦੇ ਨੇ, ਸਾਡੀ ਤਾਕਤ ਨਹੀਂ ਚੱਲਦੀ, ਸਾਡਾ ਜ਼ੋਰ ਨਹੀਂ ਚੱਲਦਾ ਉਹਦੇ ਅੱਗੇ। ਆਖਣ ਜ਼ੋਰ, ਜ਼ੋਰ ਨਾ ਮੰਗਣ, ਜ਼ੋਰ ਨਾ ਰਾਜ, ਜ਼ੋਰ ਨਾ ਸੁਰਤੀ, ਜ਼ੋਰ ਨਾ ਜੁਗਤੀ, ਜਿਸ ਹੱਥ ਜ਼ੋਰ, ਨਾਨਕ ਉੱਤਮ ਨੀਚ ਨਾ। ਪੌੜੀ ਤੁਸੀਂ ਵੀ ਪੜ੍ਹਦੀ ਤੇ ਮੈਂ ਵੀ ਪੜ੍ਹਦੀ, ਇਹਦੇ ਵਿੱਚ ਜ਼ੋਰ ਦਾ ਜ਼ਿਕਰ ਹੈ, ਤਾਕਤ। ਇਸ ਤਮਾਮ ਤਾਕਤ ਰੱਬ ਦੇ ਹੱਥ ਵਿੱਚ ਹੈ, ਅਸੀਂ ਉਹਦੇ ਟੂਲ ਹਾਂ, ਕੱਠ ਪੁਤਲੀਆਂ। ਜਿਵੇਂ ਚਲਾਉਂਦਾ ਉਵੇਂ ਚੱਲਣਾ ਪੈਣਾ, ਜਿਵੇਂ ਪਿੱਛੋਂ ਖਿੱਚੂਗਾ, ਸਾਡੇ ਹੱਥ ਵਿੱਚ ਕੁਝ ਨਹੀਂ। ਹੁਣ ਜਦੋਂ ਬੰਦੇ ਦੀ ਅਵਸਥਾ ਇਹ ਆ ਗਈ ਵੀ ਉਵੇਂ ਹੀ ਹੋਣਾ ਜਿਵੇਂ ਉਹਨੂੰ ਚੰਗਾ ਲੱਗਦਾ, ਉਵੇਂ ਨਹੀਂ ਹੋਣਾ ਜਿਵੇਂ ਮੈਂ ਕਰਨਾ ਚਾਹੁੰਦਾ, ਵੀ ਮੇਰੀ ਤਾਕਤ ਨਹੀਂ ਚੱਲਣੀ, ਇਹ ਅਵਸਥਾ ਵਿੱਚ ਬੜਾ ਆਨੰਦ ਹੈ, ਬਹੁਤ ਆਨੰਦ ਹੈ ਇਹਦੇ ਵਿੱਚ ਵੀ। ਜਿੱਥੇ ਜਿਵੇਂ ਉਹਨੇ ਕਰਨਾ ਉਵੇਂ ਹੋਣਾ, ਇੱਥੇ ਆ ਕੇ ਜਦੋਂ ਮਨ ਰਾਜੀ ਹੋ ਜਾਵੇ ਨਾ, ਉਹਨੂੰ ਖੁਸ਼ੀ ਆ ਜਾਂਦੀ ਹੈ। ਦੋ ਸ਼ਬਦ ਨੇ ਰਾਜੀ, ਬੋਲੋ ਜੀ, ਖੁਸ਼ੀ। ਸਾਡੇ ਪੁਰਾਣੇ ਬਜ਼ੁਰਗ ਹੁਣ ਤਾਂ ਭੁੱਲ ਗਏ ਆਪਾਂ ਸਾਰੇ ਕੁਝ, ਉਹ ਪੁੱਛਦੇ ਸੀ ਹੋਰ ਦੱਸ ਰਾਜੀ ਖੁਸ਼ੀਆਂ ਹੈ, ਇਹ ਸੀ ਨਾ ਬਜ਼ੁਰਗ ਬੈਠੇ ਹੋ ਤੁਸੀਂ, ਰਾਜੀ ਖੁਸ਼ੀਆਂ। ਪਰ ਇਹ ਸ਼ਬਦ ਬਹੁਤ ਡੂੰਘਾ ਅਰਥ ਰੱਖਦਾ, ਜਿਹੜਾ ਰਾਜਾ ਵਿੱਚ ਹੈ ਉਹੀ ਖੁਸ਼ ਹੈ, ਆਹ ਸੀ ਗੱਲ। ਜਿਹੜਾ ਰਾਜਾ ਵਿੱਚ ਨੇ ਕਦੇ ਖੁਸ਼ ਨਹੀਂ ਹੋ ਸਕਦਾ, ਭਾਵੇਂ ਉਹਦੇ ਕੋਲ ਕੁਝ ਵੀ ਹੋਵੇ। ਰਾਜੀ ਖੁਸ਼ੀ, ਜਿਹਦੇ ਕੋਲ ਰਾਜਾ ਹੈ ਉਹੀ ਖੁਸ਼ ਹੈ, ਜਿਹਦੇ ਕੋਲ ਰੱਬ ਦੀ ਰਜਾ ਨਹੀਂ, ਉਹਦੇ ਕੋਲ ਕੁਝ ਵੀ ਆ ਜਾਏ ਉਹ ਕਦੇ ਖੁਸ਼ ਨਹੀਂ ਹੋ ਸਕਦਾ। ਰਾਜਾ ਵਿੱਚ ਹੀ ਖੁਸ਼ੀ ਹੈ। ਜੇ ਰਜਾ ਹੋ ਗਈ ਚੱਲ ਤਵੀ ਤੇ, ਤਵੀ ਤੇ ਲੈ ਗਿਆ। ਜੇ ਰਜਾ ਹੈ, ਹੁਕਮ ਹੈ, ਚੱਲ ਆਰੇ ਦੇ ਹੇਠ, ਸੱਤ ਵਚਨ, ਚੱਲ ਚਰਖੜੀ ਤੇ, ਸੱਤ ਵਚਨ, ਹੁਕਮ ਰਜਾਈ ਚੱਲਣਾ। ਹੁਕਮ ਸਾਰਿਆਂ ਤੇ ਹੈ ਪਰ ਰਜਾ ਮੰਨ ਕੇ ਕੌਣ ਚੱਲਦਾ, ਬਿਰਲੇ ਨੇ। ਹੁਕਮ ਰਜਾਈ ਚੱਲਣਾ, ਨਾਨਕ ਇਹ ਤੁਕ ਕੀ ਕਹਿ ਰਹੀ ਹੈ, ਅਵਸਥਾ ਕਦੋਂ ਬਣਨੀ ਹੈ ਇਹ, ਜਦੋਂ ਉਹਦੇ ਅੱਗੇ ਅਸੀਂ ਨਿਭ ਗਏ, ਜਦੋਂ ਉਹਦੇ ਨਾਲ ਜੁੜ ਗਏ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜਿਵੇਂ ਉਹਨੂੰ ਪਾਉਂਦਾ ਉਵੇਂ ਹੋਣਾ, ਉਵੇਂ ਹੀ ਜੀਵਾਂ ਨੇ ਕਰਨਾ, ਆਪਣਾ ਕੀਤਾ ਇੱਥੇ ਕੁਝ ਵੀ ਨਹੀਂ ਹੋਣਾ, ਇਹ ਮਹਾਰਾਜ ਜੀ ਦਾ ਵਚਨ ਹੈ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਹੈ ਧੰਨ। ਜਿਹੜੇ ਉਹਦੇ ਨਾਲ ਜੁੜ ਗਏ, ਉਹਦੇ ਅੱਗੇ ਨੀਵੇਂ ਹੋ ਗਏ, ਨਿਭ ਗਏ ਅੰਦਰੋਂ, ਮਹਾਰਾਜ ਤੇਰੇ ਆ, ਤੇ ਵਾਹਿਗੁਰੂ ਨੇ ਆਪਣੇ ਬਣਾ ਲਏ ਵੀ ਤੁਸੀਂ ਮੇਰੇ ਹੋ, ਰਿਸ਼ਤਾ ਬਣ ਗਿਆ, ਮੇਰੇ ਰਾਮ ਰਾਏ। ਬੋਲੋ ਜੀ, ਤੂੰ ਸੰਤਾਂ ਕਾ ਰਿਸ਼ਤਾ ਜੁੜ ਗਿਆ, ਦੋਵਾਂ ਦਾ ਦੁੱਧ ਵਾਲਾ ਰਿਸ਼ਤਾ ਸੰਬੰਧ ਹੋ ਗਿਆ, ਸੰਤ ਉਹਦੇ ਬਣ ਗਏ, ਉਹ ਸੰਤਾਂ ਦਾ ਬਣ ਗਿਆ, ਇੰਨਾ ਰਿਸ਼ਤਾ ਕਲੋਜ ਹੋ ਗਿਆ। ਇਹ ਜੇ ਰੱਬ ਦੇ ਪਿਆਰੇ ਨੂੰ ਕੋਈ ਦੁੱਖ ਦਿੰਦਾ ਉਹ ਦੁਖੀ ਹੋ ਜਾਂਦਾ, ਸੰਤਨ ਦੁੱਖ ਪਾਏ ਤੇ ਸੁੱਖ ਪਾਏ, ਸਾਧਨ ਕੇ ਸੁਖੀ। ਉਹਦਾ ਤਾਕਤ ਹਿੱਲਦਾ ਇੱਕ ਵਾਰੀ ਜਦੋਂ ਉਹਦੇ ਭਗਤ ਨੂੰ, ਉਹਦੇ ਗੁਰਸਿੱਖ ਨੂੰ, ਉਹਦੇ ਗੁਰਮੁਖ ਨੂੰ, ਉਹਦੇ ਪਿਆਰੇ ਨੂੰ ਦੁਨੀਆਂ ਤੰਗ ਕਰਦੀ ਹੈ ਨਾ, ਉਹ ਆਉਂਦਾ ਫਿਰ ਹਰ ਯੁੱਗ ਯੁੱਗ ਭਗਤ ਹੁੰਦਾ, ਪੈਜ ਰੱਖਦਾ ਆਇਆ ਰਾਮ ਰਾਜੇ, ਉਹ ਆਉਂਦਾ ਹੈ ਭਾਵੇਂ ਕਿਸ ਰੂਪ ਚ ਆ ਜਾਏ, ਕਿਉਂਕਿ ਉਹ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦਾ, ਰਿਸ਼ਤਾ ਜੁੜ ਗਿਆ।
ਜੋ ਪ੍ਰਭ ਕੀਤੇ ਆਪਣੇ, ਜਿਹੜੇ ਪਰਮਾਤਮਾ ਨੇ ਆਪਣੇ ਬਣਾ ਲਏ, ਆਪਣੇ ਖਾਤੇ ਚ ਰੱਖ ਲਏ ਵੀ ਤੁਸੀਂ ਮੇਰੇ ਹੋ। ਭਗਤ ਤੇਰੇ ਮਨ ਭਾਵ ਦੇ, ਦਰ ਸੋਹਣ ਕੀਰਤ ਗਾਵ ਦੇ। ਫਿਰ ਦੁਨੀਆ ਉਹਨਾਂ ਨੂੰ ਕੀ ਕਹਿੰਦੀ ਹੈ? ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰਨ, ਉਹਨਾਂ ਨੂੰ ਦੁਨੀਆ ਸ਼ਾਬਾਸ਼ ਦਿੰਦੀ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲੇ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਦੁਨੀਆ ਉਹਨਾਂ ਨੂੰ ਧੰਨ ਧੰਨ ਕਹਿੰਦੀ ਹੈ, ਧੰਨ 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 ਜਾਣ ਆਇਆ ਜਿਸ ਪ੍ਰਸਾਦ। ਇਹ ਤਾਂ ਉਹਨਾਂ ਦੀ ਕਹਾਣੀ ਹੈ। ਤੇ ਜਿਹੜੇ ਨਾਮ ਨਾਲ ਜੁੜੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ। ਰਾਮ ਰਾਜੇ ਤੁਸੀਂ ਕਿਉਂ ਆ ਗਏ ਵੀ ਇੱਥੇ, ਜੇ ਰੱਬ ਨੂੰ ਚੇਤੇ ਨਹੀਂ ਕੀਤਾ? ਇੱਕ ਆਏ ਸੀ, ਕਹਿੰਦੇ ਆਉਣਾ ਵੀ ਧੰਨ, ਰਹਿਣਾ ਵੀ ਧੰਨ ਤੇ ਜਾਣਾ ਵੀ ਧੰਨ। ਤਿੰਨ ਵਾਰੀ ਸ਼ਬਦ ਹੈ ਨਾ, ਧੰਨ 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 ਜਾਣ ਆਇਆ ਜਿਸ ਪ੍ਰਸਾਦ। ਜਨ ਆਵਣ ਕਾ ਜਨਕੈ ਸੰਗ ਆਪ ਮੁਕਤ ਨਾਨਕ ਤਿਸ ਜਾਣਕੋ। ਨਮਸਕਾਰ। ਉਹਨਾਂ ਦੀ ਧੰਨਤਾ ਹਰ ਵਕਤ ਹੁੰਦੀ ਹੈ, ਹਰ ਯੁੱਗ ਚ ਹੁੰਦੀ ਹੈ। ਦੁਨੀਆਂ ਨੂੰ ਸ਼ਾਬਾਸ਼ ਦਿੰਦੀ ਹੈ ਕਿਹਨਾਂ ਨੂੰ? ਜਿਹੜੇ ਰੱਬ ਦੇ ਬਣ ਗਏ, ਜਿਹੜੇ ਉਹਦੇ ਨਾਲ ਜੁੜ ਗਏ, ਉਹਨਾਂ ਨੂੰ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰਨ, ਉਹਨਾਂ ਨੂੰ ਦੁਨੀਆਂ ਸ਼ਾਬਾਸ਼ ਦਿੰਦੀ ਹੈ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਜੀਵਾਂ ਦਾ ਮੰਗਿਆ ਹੋਇਆ ਚਾਹਿਆ ਹੋਇਆ ਨਾਲ ਦੀ ਨਾਲ ਮਿਲ ਜਾਏ, ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਤਾਂ ਜੀਵ ਨੇ ਜਿਹੜੇ ਇਹ ਪਰਮਾਤਮਾ ਤੋਂ, ਉਹਦੇ ਨਾਮ ਤੋਂ, ਉਹਦੇ ਚਰਨਾਂ ਤੋਂ ਵਿਛੜ ਕੇ ਫਿਰ ਕਿਉਂ ਰੋਂਦੇ? ਮਤਲਬ ਸਭ ਕੁਝ ਉਹਦੀ ਮਿਹਰ ਨਾਲ ਹੈ। ਦਾਵਾ ਨਾ ਕਰਿਓ, ਹੰਕਾਰ ਨਾ ਕਰਿਓ, ਸਭ ਕੁਝ ਉਹਦੇ ਕਰਕੇ ਹੀ ਹੋਣਾ ਹੈ। ਉਹ ਕਰੇ ਤਾਂ ਸਾਰਾ ਕੁਝ ਹੋਏਗਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ। ਸਤਿਗੁਰੂ ਜੀ ਇਹ ਦੱਸੋ, ਜਿਹੜੇ ਪਰਮਾਤਮਾ ਦੇ ਵਿੱਚ ਐਡੀ ਕਲਾ ਹੈ, ਐਡੀ ਸ਼ਕਤੀ ਹੈ, ਐਡੀ ਸਮਰੱਥ ਹੈ, ਜਿਹਦਾ ਗੁਣਗਾਨ ਤੁਸੀਂ ਸਾਰੀਆਂ ਤੋਕਾਂ ਚ ਕਰਤਾ, ਜੇ ਉਹਦੇ ਮਲਾਪ ਨੂੰ ਮੰਨਣਾ ਹੋਵੇ, ਉਹਦੇ ਮਲਾਪ ਨੂੰ ਮੰਨਣਾ ਹੋਵੇ, ਉਹਦੇ ਕੋਲ ਬਹਿਣਾ ਹੋਵੇ, ਉਹਦਾ ਰੂਪ ਹੀ ਬਣਨਾ ਹੋਵੇ, ਉਹਦੇ ਆਸਣ ਤੇ ਹੀ ਬਰਾਜਣਾ ਹੋਵੇ, ਜਿਹਨੂੰ ਕਿਹਾ ਨਾ ਆਵ ਤੋ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਬਾਨੀ ਰਾਮ ਕਬੀਰਾ, ਏਕ ਭਏ ਹੈ ਕੋਈ ਨਾ ਸਕੇ ਪਛਾਣ। ਪਾਤਸ਼ਾਹ ਜੀ ਉਹ ਅਵਸਥਾ ਤੇ ਜਾਣਾ ਹੋਵੇ ਫਿਰ ਕਿਵੇਂ ਹੋ ਸਕਦਾ? ਮਾਰੇ ਕਹਿੰਦੇ ਸਾਧੂ ਸੰਗ ਪ੍ਰਾਪਤੇ, ਸਾਧੂ ਸੰਗ, ਗੁਰੂ ਰੂਪ ਸਾਧੂ ਦੀ ਕਰੋ ਸੰਗਤ, ਗੁਰੂ ਰੂਪ ਸਾਧੂ ਦੀ ਕਰੋ ਸੰਗਤ, ਫਿਰ ਹੋਊਗੀ ਉਹਦੀ ਪ੍ਰਾਪਤੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ, ਉਹਦੇ ਮਲਾਪ ਦਾ ਜਿਹੜਾ ਫਿਰ ਚਾਅ ਹੈ ਨਾ, ਖੁਸ਼ੀ ਖੇੜਾ, ਉਹ ਮਾਣਿਆ ਜਾ ਸਕਦਾ ਬਿਨਾਂ ਗੁਰੂ ਤੋਂ। ਜਦੋਂ ਗੁਰੂ ਦੀ ਸੰਗਤ ਕਰੋਗੇ ਫਿਰ ਇਹ ਪ੍ਰਾਪਤੀ ਉਦੋਂ ਹੁੰਦੀ ਹੈ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਪਾਕ ਮਥਨ। ਕਹਿੰਦੇ ਸੰਗਤ ਵਿੱਚ ਜਾ ਕੇ, ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਜਾਈ ਜਾਂਦੇ ਹਾਂ, ਜਾਈ ਜਾਂਦੇ ਹਾਂ, ਜਾਈ ਜਾਂਦੇ ਹਾਂ, ਤਾਂ ਸਾਡੇ ਮੱਥੇ ਦੇ ਭਾਗ ਉੱਜਲੇ ਹੋ ਜਾਂਦੇ ਨੇ, ਭਾਗ ਬਣ ਜਾਂਦੇ ਨੇ। ਭਾਗ ਕੀ ਹੈ ਜੀ? ਭਾਂਡਾ। ਭਾਗ ਦਾ ਅਰਥ ਹੈ ਭਾਂਡਾ। ਉਹ ਭਾਂਡਾ ਤਿਆਰ ਹੋ ਜਾਂਦਾ ਜਿਹਦੇ ਵਿੱਚ ਫਿਰ ਉਹ ਵਸਤੂ ਪੈਂਦੀ ਹੈ।
ਬਖਸ਼ਿਸ਼ ਪੈਂਦੀ ਹੈ, ਮਿਹਰ ਪੈਂਦੀ ਹੈ। ਮੰਗਦੇ ਸਾਰੇ ਆ ਪਰ ਭਾਂਡਾ ਹੈ ਨਹੀਂ। ਤਾਂ ਕਰਕੇ ਮਾਰੇ ਕਹਿੰਦੇ ਆ ਸਤਿਗੁਰ ਸਦਾ ਦਿਆਲ ਹੈ ਭਾਈ ਬਿਨ ਭਾਗਾਂ, ਬਿਨ ਭਾਗਾਂ। ਤੇਰੇ ਕੋਲ ਭਾਗ ਹੀ ਨਹੀਂ ਹੈ, ਤੇਰੇ ਕੋਲ ਭਾਂਡੇ ਨਹੀਂ ਹੈ, ਰੋਜ਼ ਮੰਗੀ ਜਾਂਦੇ ਆ ਕਿ ਮੰਗੀ ਜਾਂਦੇ, ਭਾਂਡਾ ਹੈ ਨਹੀਂ। ਭਾਂਡਾ ਤਿਆਰ ਕਰਨਾ ਪਹਿਲਾਂ। ਇਹ ਭਾਂਡਾ ਕਿਵੇਂ ਤਿਆਰ ਹੁੰਦਾ ਜੀ? ਸੱਤ ਚੀਜ਼ਾਂ ਚਾਹੀਦੀਆਂ, ਸੱਤ ਚੀਜ਼ਾਂ ਨਾਲ ਇਹ ਭਾਂਡਾ ਬਣਦਾ। ਕਿਹੜੀਆਂ ਨੇ ਉਹ ਰੋਜ਼ ਪੜ੍ਹਦੇ ਤੁਸੀਂ? ਜਾਤ ਪਹਾਰਾ, ਅਹਿਰਨ ਮਤ, ਭਾਓ ਖਲਾ, ਭਾਂਡਾ ਭਾਓ, ਅੰਮ੍ਰਿਤ ਘੜੀਐ ਸ਼ਬਦ, ਜਿਨ ਕਉ ਨਦਰ, ਨਾਨਕ ਨਦਰੀ ਨਦਰ। ਇਹ ਸੱਤ ਚੀਜ਼ਾਂ ਦੇ ਨਾਲ ਭਾਂਡਾ ਤਿਆਰ ਹੁੰਦਾ, ਜਿਹਦੇ ਵਿੱਚ ਗੁਰੂ ਫਿਰ ਮਿਹਰ ਪਾ, ਜਿਹਦੇ ਵਿੱਚ ਨਿਹਾਲਤਾ, ਜਿਹਦੇ ਵਿੱਚ ਨਦਰ ਪੈਂਦੀ ਹੈ। ਮੰਗਦੇ ਸਾਰੇ ਆਪਾਂ ਭਾਂਡੇ ਤੋਂ ਰਹੇ ਤਾਂ ਭਾਂਡਾ ਨਹੀਂ ਹੈਗਾ, ਮੈਂ ਸਾਡੇ ਕੋਲ ਕਰਪੱਤਰ ਹੀ ਨਹੀਂ ਆ ਜਿਹਦੇ ਵਿੱਚ ਗੁਰੂ ਦੀ ਮਿਹਰ ਪੈਂਦੀ ਹੈ। ਇੱਥੇ ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਸੰਗਤ ਵਿੱਚ ਆਏਗਾ ਭਾਗ ਬਣੂਗਾ, ਭਾਗ ਬਣਦਾ ਇੱਥੇ ਆ ਕੇ। ਜਦੋਂ ਗੁਰੂ ਦੇ ਦਰਸ਼ਨ ਕਰੋਗੇ ਨਾ, ਉਹ ਭਾਂਡਾ ਤਿਆਰ ਹੋ ਜਾਂਦਾ ਆਪਣੇ ਆਪ, ਫਿਰ ਉਹਦੀ ਮਿਹਰ ਪੈ ਜਾਣੀ ਹੈ। ਜਨਮ ਸਾਖੀ ਦੇ ਵਿੱਚ ਇੱਕ ਗਾਥਾ ਲਿਖੀ ਬੜੀ ਪਿਆਰੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਇਲਾਕੇ 'ਚ ਆਏ ਹੋਏ ਆ, ਇੱਕ ਮਨਮੁੱਖ ਇੱਕ ਗੁਰਮੁੱਖ, ਹਰ ਰੋਜ਼ ਇੱਕੋ ਰਸਤੇ ਤੇ ਚੱਲ ਕੇ ਕੁਝ ਦੇਰ ਲਈ ਜੁੜਦੇ ਆ। ਗੁਰਮੁਖ ਮਹਾਰਾਜ ਦੀ ਹਜ਼ੂਰੀ 'ਚ ਚਲਾ ਜਾਂਦਾ ਸ਼ਰਨ 'ਚ ਸੰਗਤ ਕਰਨ ਲਈ, ਤੇ ਜਿਹੜਾ ਮਨਮੁੱਖ ਹੈ ਉਹ ਆਪਣੇ ਚਾਲੇ ਚਲੇ ਜਾਂਦਾ। ਇੱਕ ਦਿਨ ਮਨਮੁੱਖ ਪੁੱਛਦਾ ਗੁਰਮੁਖ ਨੂੰ, ਕਹਿੰਦਾ ਵੀ ਕਿੱਧਰ ਜਾਂਦਾ ਉਹਨਾਂ ਤੋਂ? ਉਹ ਕਹਿੰਦਾ ਇਹ ਇਲਾਕੇ ਵਿੱਚ ਗੁਰੂ ਨਾਨਕ ਮਹਾਰਾਜ ਆਏ ਆ, ਬੜੀਆਂ ਸੰਗਤਾਂ ਜੁੜਦੀਆਂ, ਬੜੇ ਅੰਮ੍ਰਿਤ ਵੀ ਬਾਚਣ ਮਹਾਰਾਜ ਦੇ ਕੀਰਤਨ ਕਥਾ, ਜਦੋਂ ਦਰਸ਼ਨ ਕਰਦੇ ਨਿਹਾਲ ਹੋ ਜਾਈਦਾ। ਉਹ ਕਹਿੰਦਾ ਬਾਬਿਆਂ ਪਿੱਛੇ ਨਹੀਂ ਜਾਈਦਾ ਮਨਮੁੱਖ, ਇਹ ਐਵੇਂ ਹੁੰਦੇ ਨੇ, ਐਵੇਂ ਗੱਲਾਂ ਕਰਦੇ ਹੁੰਦੇ ਨੇ, ਇਹਨਾਂ ਕੋਲ ਕੁਝ ਨਹੀਂ ਹੁੰਦਾ। ਗੁਰਮੁਖ ਕਹਿੰਦਾ ਨਾ, ਆਏ ਨਾ ਬੋਲ। ਜਦੋਂ ਵੀ ਮਨਮੁੱਖ ਬੋਲ ਲੈ ਤਾਂ ਗੁਰਮੁਖ ਦਾ ਅਸਰ ਨਹੀਂ ਕਰਦਾ। ਕਿਉਂ? ਮਨਮੁੱਖ ਕਾ ਬਕਨਾ ਇਉਂ ਜਾਣੋ ਜੈਸੇ ਪਵਨ ਚੜ੍ਹਾਈ। ਮਨਮੁੱਖ ਬੰਦੇ ਦਾ ਬੋਲਿਆ ਇਉਂ ਜਾਣ ਲਿਆ ਕਰੋ ਜਿਵੇਂ ਹਵਾ ਦਾ ਬੋਲਾ ਆਇਆ ਤੇ ਚਲਾ ਗਿਆ, ਅਸਰ ਨਾ ਕਰਿਆ ਕਰੋ ਇਹਨਾਂ ਦਾ, ਮਤਲਬ ਆਪਣੀ ਸ਼ਰਧਾ ਨੂੰ ਤੋੜਿਆ ਨਾ ਕਰੋ। ਇੱਕ ਦਿਨ ਕੀ ਹੋਇਆ ਜੀ, ਜਿਹੜਾ ਮਨਮੁੱਖ ਸੀ ਨਾ ਉਹ ਰਸਤੇ ਤੇ ਪਹਿਲਾਂ ਪਹੁੰਚ ਗਿਆ। ਉਹ ਕਹਿੰਦਾ ਜੀ ਡੀਕ ਲਈ ਉਹਨੂੰ ਥੋੜ੍ਹਾ ਜਿਹਾ ਆਊਗਾ, ਬਹਿ ਕੇ ਜੀ ਉਹਨੇ ਚੱਕਿਆ ਇੱਕ ਡੱਗਾ ਤੇ ਧਰਤੀ ਫਰੋਲਣ ਲੱਗ ਗਿਆ, ਉਹਨੂੰ ਇੱਕ ਹੇਠੋਂ ਗਾਗਰ ਲੱਭ ਗਈ। ਗਾਗਰ, ਗਾਗਰ ਵਿੱਚ ਕੋਲੇ ਸੀ, ਇੱਕ ਸੋਨੇ ਦੀ ਮੋਹਰ ਸੀ, ਉਹਨੇ ਕੱਢ ਕੇ ਰੱਖ ਲਈ। ਤੇ ਗੁਰਮੁਖ ਆ ਰਿਹਾ, ਉਹ ਅੱਜ ਲੰਗੜਾ ਕੇ ਤੁਰ ਰਿਹਾ। ਉਹ ਹੱਸਿਆ ਉਹਤੇ, ਕਹਿੰਦਾ ਵੀ ਕੀ ਹੋ ਗਿਆ? ਕਹਿੰਦਾ ਕੀ ਦੱਸਾਂ ਭਰਾਵਾ, ਵੀ ਕੰਡਾ ਵੱਜ ਗਿਆ। ਕਹਿੰਦਾ ਜਾ ਗੁਰੂ ਨਾਨਕ ਦੇ ਕੋਲ, ਮਿਲ ਗਿਆ ਸਵਾਰ ਤੈਨੂੰ। ਆਪਾਂ ਜਾਈਦਾ ਜੂਏ ਘਰ, ਸ਼ਰਾਬ ਖਾਨੇ, ਆਹ ਦੇਖ ਆਪਾਂ ਨੂੰ ਸੋਨੇ ਦੀ ਮੋਹਰ ਮਿਲੀ, ਤੇਰੇ ਵੱਜਦੇ ਆ ਕੰਡੇ, ਕਰ ਹੋਰ ਸੰਗਤ ਜਾ ਕੇ। ਗੁਰਮੁਖ ਬੋਲਿਆ, ਕਹਿੰਦਾ ਚੱਲ ਅੱਜ ਮੇਰੇ ਗੁਰੂ ਕੋਲ, ਆਪਾਂ ਗੁਰੂ ਤੋਂ ਨਿਤਾਰਾ ਕਰਾਈਏ ਇਹ ਗੱਲ ਦਾ। ਉਹ ਬੜੇ ਹੰਕਾਰ ਵਿੱਚ ਕਹਿੰਦਾ ਇਹ ਗੱਲ ਦਾ ਉੱਤਰ ਤੇਰੇ ਗੁਰੂ ਕੋਲ ਵੀ ਨਹੀਂ ਆ। ਅਸੀਂ ਦਰਬਾਰ ਲੱਗਿਆ ਸੀ ਗੁਰੂ ਨਾਨਕ ਮਹਾਰਾਜ ਦਾ, ਉਹ ਸਿੱਖ ਜਦੋਂ ਆਇਆ ਨਾ ਲੰਗੜਾ ਕੇ, ਪਾਤਸ਼ਾਹ ਕਹਿੰਦੇ ਕੀ ਹੋ ਗਿਆ? ਕਹਿੰਦਾ ਮਹਾਰਾਜ ਮੇਰੀ ਨਾਲ ਗੱਲ ਬਾਅਦ ਵਿੱਚ ਪਰੇ, ਉਹ ਪਹਿਲਾਂ ਇਹਦੇ ਨਾਲ ਕਰ ਲਓ। ਉਹ ਆਪਣੀ ਗਾਗਰ ਧਰਤੀ ਲਿਜਾ ਕੇ ਬੂੜੇ ਮਹਾਰਾਜ,
ਕੀ ਕਹਿੰਦਾ, ਕਹਿੰਦਾ ਮੈਂ ਹਰ ਰੋਜ਼ ਜੂਏ ਘਰ ਜਾਂਦਾ, ਜੂਆ ਖੇਡਦਾ, ਮੈਂ ਸ਼ਰਾਬ ਵੀ ਪੀਂਦਾ, ਬੜੀਆਂ ਮਾੜੀਆਂ ਆਦਤਾਂ ਨੇ, ਮੈਨੂੰ ਸੋਨੇ ਦੀ ਮੋਹਰ ਮਿਲੀ ਆ ਦੇਖੋ। ਪਾਤਸ਼ਾਹ ਕਹਿੰਦੇ ਕੁਝ ਹੋਰ ਵੀ ਮਿਲਿਆ ਹੋਊਗਾ, ਕਹਿੰਦਾ ਹਾਂ ਹੋਰ ਕੀ ਹੈ, ਕਹਿੰਦੇ ਗਾਗਰ ਚ ਵੇਖ, ਕਹਿੰਦਾ ਜੀ ਕੋਲੇ ਨੇ। ਪਾਤਸ਼ਾਹ ਕਹਿੰਦੇ ਇਹ ਵੀ ਸੋਨੇ ਦੀਆਂ ਮੋਹਰਾਂ ਸੀ, ਕਹਿੰਦੇ ਜੀ ਕੋਲੇ ਕਾਹਤੋਂ ਬਣ ਗਏ, ਕਹਿੰਦੇ ਕੋਲੇ ਤਾਂ ਬਣ ਗਏ ਤੂੰ ਮਾੜੇ ਪਾਸੇ ਜਾਂਦਾ ਰਿਹਾ, ਸੋਨੇ ਦੀਆਂ ਮੋਹਰਾਂ ਕੋਲਿਆਂ ਚ ਤਬਦੀਲ ਹੋ ਗਈਆਂ ਮਾੜੇ ਪਾਸੇ ਜਾਣ ਕਰਕੇ। ਅੱਜ ਜਦੋਂ ਤੈਨੂੰ ਇਹ ਗਾਗਰ ਮਿਲੀ ਹੈ ਨਾ, ਇਹ ਸਮੁੱਚੀ ਗਾਗਰ ਮੋਹਰਾਂ ਦੀ ਤੈਨੂੰ ਮਿਲਣੀ ਸੀ, ਇੱਕ ਮੋਹਰ ਤਾਂ ਮਿਲੀ ਹੈ, ਇਹ ਗਵਾਹੀ ਭਰਦੀ ਹੈ, ਇਹਨਾਂ ਦੀ ਗਵਾਹੀ ਹੈ, ਇਹ ਸਾਖੀ ਹੈ ਇਸ ਚੀਜ਼ ਦੀ। ਉਹ ਦੂਆ ਗੁਰਮੁਖ ਕਹਿੰਦਾ ਮਹਾਰਾਜ ਮੇਰਾ ਵੀ ਕਰੋ ਨਤਾਰਾ, ਫਿਰ ਵੀ ਆਪਣੇ ਕੰਡਾ ਕਾਹਤੋਂ ਵੱਜਿਆ। ਪਾਤਸ਼ਾਹ ਕਹਿੰਦੇ ਜਦੋਂ ਤੇਰੇ ਕੰਡਾ ਵੱਜਿਆ ਇਸ ਵਕਤ ਤੂੰ ਸੂਲੀ ਤੇ ਜਾਣਾ ਸੀ, ਸਜ਼ਾ ਹੋਣੀ ਸੀ ਤੈਨੂੰ ਸੂਲੀ ਦੀ, ਉਹ ਸੂਲੀ ਤੋਂ ਸੂਲ ਬਣ ਗਈ। ਕਿਉਂ? ਕਿਉਂਕਿ ਤੂੰ ਚੰਗੇ ਪਾਸੇ ਜਾਂਦਾ ਰਿਹਾ, ਗੁਰੂ ਕੀ ਸੰਗਤ ਦੇ ਵਿੱਚ ਆਉਂਦਾ ਰਿਹਾ, ਕਥਾ ਕੀਰਤਨ ਸੁਣਦਾ ਰਿਹਾ, ਤੇਰੇ ਭਾਗ ਬਣਦੇ ਰਹੇ। ਇਹ ਕੰਡਾ ਵੀ ਗਵਾਹੀ ਹੈ ਤੇਰੇ ਕੰਮ ਦੀ, ਵੀ ਤੈਨੂੰ ਸੂਲੀ ਤੇ ਚੜਾਇਆ ਜਾਣਾ ਸੀ, ਇਹ ਬਖਸ਼ਿਸ਼ ਹੈ, ਇਹ ਮਿਹਰ ਹੈ। ਪਾਤਸ਼ਾਹ ਕੀ ਕਹਿੰਦੇ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹਿ ਭਾਗ ਮਥਨ ਮਥਨ ਮੱਥਾ, ਜਿਹਦੇ ਮੱਥੇ ਦੇ ਭਾਗ ਜਾਗ ਗਏ ਕਦੋਂ, ਗੁਰੂ ਦੀ ਸੰਗਤ ਵਿੱਚ ਆ ਕੇ। ਕੀ ਮਿਲਿਆ ਜੀ ਉਹਨੂੰ? ਮਨੁੱਖਾ ਜਨਮ ਰੂਪੀ ਜੇਠ ਦਾ ਮਹੀਨਾ ਰੰਗੀਲਾ ਬਣ ਗਿਆ, ਰੰਗੀਲਾ ਮਤਲਬ ਖੁਸ਼ੀਆਂ ਨਾਲ ਭਰ ਗਿਆ, ਚਾਓ ਨਾਲ ਭਰ ਗਿਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਪ੍ਰੇਮ ਮੰਦਰ ਬਣਿਆ। ਜਾਂ ਫਿਰ ਆਨੰਦ ਸਾਹਿਬ ਦੀ ਅਖੀਰਲੀ ਪੌੜੀ ਪੜ੍ਹ ਦਿਓ, ਆਨੰਦ ਸੁਣੋ ਸਗਲ, ਉੱਚੀ ਬੋਲੋ ਨਾ, ਆਨੰਦ ਸੁਣੋ ਸਗਲ ਮਨੋਰਥ ਪਾਰ ਬ੍ਰਹਮ ਉਤਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ, ਸੰਤ ਸਾਜਨ ਭਏ ਪੂਰੇ, ਸੁਣਦੇ ਪੁਨੀਤ ਸਾਤੇ ਗੁਰ ਰਹਿਆ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹੰਤ। ਇਹ ਅਵਸਥਾ ਬਣ ਗਈ ਹੈ ਨਾ, ਇਉਂ ਇਹ ਜਿਹੜਾ ਜੀਵਨ ਹੈ ਫਿਰ ਰੰਗੀਲਾ ਬਣਦਾ ਉਹਦਾ, ਮਨੁੱਖਾ ਜਨਮ ਰੂਪੀ ਜੇਠ ਦਾ ਮਹੀਨਾ ਰੰਗੀਲਾ ਹੋ ਜਾਂਦਾ, ਰੰਗੀਲਾ ਰੰਗਾਂ ਨਾਲ ਭਰ ਜਾਂਦਾ, ਖੁਸ਼ੀਆਂ ਨਾਲ ਭਰ ਜਾਂਦਾ, ਚਾਉ ਨਾਲ ਭਰ ਜਾਂਦਾ, ਖੇੜੇ ਨਾਲ ਭਰ ਜਾਂਦਾ। ਇਹ ਖੁਸ਼ੀਆਂ ਇਹ ਖੇੜਾ ਵਿਕਾਸ ਦੋ ਚਾਰ ਦਿਨਾਂ ਦਾ ਨਹੀਂ ਹੁੰਦਾ, ਭਾਵੇਂ ਜਿੱਥੇ ਮਰਜ਼ੀ ਚਲਾ ਜਾਏ ਸਿੱਖ, ਇਹ ਖੇੜਾ ਵਿਕਾਸ, ਇਹ ਜਲਾਲ, ਇਹ ਨੂਰ ਫਿਰ ਫਿੱਕਾ ਨਹੀਂ ਪੈਂਦਾ, ਨਹੀਂ ਪੈਂਦਾ, ਉਹ ਮਜੀਠ ਬਣ ਜਾਂਦਾ। ਮਜੀਠ ਜਿਵੇਂ ਮਜੀਠ ਦਾ ਰੰਗ ਕਦੇ ਫਿੱਕਾ ਨਹੀਂ ਨਾ ਪੈਂਦਾ, ਉਹ ਵੀ ਫਿਰ ਜੀਵਨ ਉਹਦਾ ਫਿੱਕਾ ਨਹੀਂ ਪੈਂਦਾ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹਿ ਭਾਗ ਮੱਥਾ, ਜਿਹਦੇ ਮੱਥੇ ਦੇ ਭਾਗ ਜਾਗ ਗਏ, ਜਾਗਣਗੇ ਉਦੋਂ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆਉਣ। ਇਸ ਲਈ ਬੇਨਤੀ ਕਰਿਆ ਕਰੋ ਪਾਤਸ਼ਾਹ ਦੇ ਅੱਗੇ, ਪਾਤਸ਼ਾਹ ਇਹ ਉੱਦਮ ਸਾਨੂੰ ਬਖਸ਼ਿਆ ਕਰ, ਇਹ ਉੱਦਮ, ਉਹ ਉੱਦਮ ਸਾਨੂੰ ਨਾ ਦਈ ਜਿਹੜਾ ਮਾੜੇ ਪਾਸੇ ਲੈ ਜਾਏ, ਸਾਨੂੰ ਨਾ ਦਈ ਉੱਦਮ ਉਹ, ਸਾਨੂੰ ਉਹ ਉੱਦਮ ਦੇ ਦੇ ਜਿਹੜਾ ਉੱਦਮ ਤੇਰੇ ਵੱਲ ਲੈ ਆਵੇ। ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਮਨ ਮਹਿ ਚਿਤਵਾਓ ਚਿਤਵਨੀ, ਉੱਦਮ ਕਰੋ ਉਠ ਨੀਤ,
ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਉਦਮ ਕਰਿੰਦਿਆਂ ਜੀਓ ਤੋਂ ਕਮਾਵਦਿਆਂ ਸੁਖ ਭੁੰਜ, ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੁਰੂ ਕਿਰਪਾ ਕਰੇ ਆਓ ਆਹ ਬੇਨਤੀ ਮਹਾਰਾਜ ਦੇ ਚਰਨਾਂ 'ਚ ਰਲ ਕੇ ਕਰੀਏ। ਉਸ ਤੋਂ ਉਪਰੰਤ ਫਿਰ ਆਨੰਦ ਸਾਹਿਬ 6 ਪੌੜੀਆਂ ਦਾ ਜਾ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ। ਬਹੁਤ ਬਹੁਤ ਧੰਨਵਾਦ ਜੀ। ਸਮੂਹ ਸੰਗਤਾਂ ਨੇ ਬਹੁਤ ਗੌਰ ਲਾ ਕੇ, ਇਕਾਗਰਤਾ ਬਣਾ ਕੇ ਸਰਵਣ ਕੀਤਾ। ਸ਼ੁਰੂਆਤੀ ਮਹੀਨਾ ਸਭ ਸੰਗਤਾਂ ਦਾ ਸੁਖਦਾਈ ਹੋਵੇ। ਆਓ ਅਖੀਰਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ, ਹਰ ਜੇਠ ਰੰਗੀਲਾ ਤਿਸ ਤਣੀ ਰਾਮ ਕਲੀ ਮਹੱਲਾ 3।